ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਗੁਰੂ ਪਿਆਰੇ ਗੁਰੂ ਰੂਪ ਖਾਲਸਾ ਸਤਿਸੰਗ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਅਤੇ ਆਪ ਸਮੂਹ ਸਾਧ ਸੰਗਤ ਜੀ ਦੇ ਸਹਿਯੋਗ ਸਦਕਾ ਸਤਿਗੁਰੂ ਕਿਰਪਾ ਕਰ ਰਹੇ ਹਨ ਜੋ ਲੜੀਵਾਰ ਹਰ ਹਫ਼ਤੇ ਸ਼੍ਰੀ ਦਸਮ ਗ੍ਰੰਥ ਜੀ ਦੀ ਸ਼ਬਦ ਵਿਚਾਰ ਦੀ ਹਾਜ਼ਰੀ ਆਪ ਸੰਗਤਾਂ ਦੇ ਨਾਲ ਭਰਨ ਦੀ ਸੇਵਾ ਮੇਰੇ ਸਤਿਗੁਰੂ ਆਪ ਲੈ ਰਹੇ ਹਨ। ਸੋ ਉਸੇ ਹੀ ਹਾਜ਼ਰੀ ਨੂੰ ਅੱਗੇ ਲੈ ਕੇ ਜਾਂਦਿਆਂ ਹੋਇਆਂ ਪਿਛਲੇ ਹਫ਼ਤੇ ਤੱਕ ਜੋ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਸਰਵਣ ਕੀਤੇ ਸਨ, ਉਹਨਾਂ ਤੋਂ ਅੱਗੇ ਅੱਜ ਦੀ ਹਾਜ਼ਰੀ ਨੂੰ ਲੈ ਕੇ ਜਾਣ ਦਾ ਯਤਨ ਕਰੀਏ ਅਤੇ ਮੇਰੇ ਸਤਿਗੁਰੂ ਕਿਰਪਾ ਕਰਨ ਕਿ ਦਾਸ ਨੂੰ ਸਤਿਗੁਰ ਦੇ ਸ਼ਬਦ ਬੋਲਣ ਦੀ ਜਾਚ ਆ ਜਾਵੇ, ਸਤਿਗੁਰੂ ਜੀ ਦੀ ਗੱਲ ਸੁਣਾਉਣ ਦਾ ਢੰਗ ਆ ਜਾਵੇ ਅਤੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਸੰਗਤ ਦੇ ਮਨ ਹਿਰਦੇ ਵਿੱਚ ਸਤਿਗੁਰੂ ਜੀ ਦੀ ਬਾਣੀ ਪ੍ਰਤੀ ਅਤੇ ਸਤਿਗੁਰ ਦੇ ਸ਼ਬਦ ਨੂੰ ਸਮਝਣ ਦੀ ਸੋਝੀ ਬਖਸ਼ ਕੇ ਇਸ ਜੀਵਨ ਦੇ ਅੰਦਰ ਲਾਹਾ ਪ੍ਰਾਪਤ ਕਰਨ ਦਾ ਜਿਹੜਾ ਹੈ ਉਹ ਮੇਰੇ ਸਤਿਗੁਰੂ ਬਲ ਬਖਸ਼ਣ। ਸੋ ਆਓ ਅੱਜ ਦੀ ਇਸ ਹਾਜ਼ਰੀ ਨੂੰ ਅੱਗੇ ਲੈ ਕੇ ਜਾਣ ਤੋਂ ਪਹਿਲਾਂ ਮੇਰੇ ਸਤਿਗੁਰੂ ਜੀ ਦਾ ਧਿਆਨ ਧਰ ਕੇ ਆਪ ਸੰਗਤ ਪਾਸੋਂ ਆਗਿਆ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸੋ ਪਿਛਲੇ ਹਫ਼ਤੇ ਸਤਿਗੁਰ ਨੇ ਕਿਰਪਾ ਕੀਤੀ ਹੈ ਵਿਚਿੱਤਰ ਨਾਟਕ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜੋ ਪਾਵਨ ਪਵਿੱਤਰ ਬਾਣੀ ਹੈ ਉਸ ਦੀ ਆਰੰਭਤਾ ਹੋਈ ਸੀ ਅਤੇ ਜਿੰਨੀ ਕੁ ਮੇਰੇ ਸਤਿਗੁਰ ਨੇ ਕਿਰਪਾ ਕੀਤੀ ਹੈ ਆਪਾਂ ਆਰੰਭਤਾ ਦੇ ਵਿੱਚ ਜਿਹੜਾ ਹੈ ਉਹ ਮੇਰੇ ਸਤਿਗੁਰ ਦੇ ਬਚਨ ਉਹ ਸਰਵਣ ਕੀਤੇ ਨੇ ਅਤੇ ਉਸ ਤੋਂ ਅੱਗੇ ਮੇਰੇ ਸਤਿਗੁਰੂ ਕੀ ਫਰਮਾਨ ਕਰਦੇ ਹਨ ਉਹ ਆਪਾਂ ਅੱਜ ਦੀ ਹਾਜ਼ਰੀ ਦੇ ਵਿੱਚ ਉਹ ਸਰਵਣ ਕਰਨ ਦਾ ਜਿਹੜਾ ਹੈ ਉਹ ਯਤਨ ਕਰਾਂਗੇ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਾਦੰ ਅਨਾਦੰ ਅਨੀਲੰ ਅਨੰਤੰ ਅਦਵੈਖੰ ਅਪੇਖੰ ਮਹੇਸੰ ਮਹੰਤੰ ਨਾ ਰੋਖੰ ਨਾ ਸੋਖੰ ਨਾ ਧਰੋਹੰ ਨਾ ਮੋਹੰ ਨਾ ਕਾਮੰ ਨਾ ਕ੍ਰੋਧੰ ਅਜੋਨੀ ਅਜੋਹੰ ਪਰੇਅੰ ਪਵਿੱਤਰੰ ਪੁਨੀਤੰ ਪੁਰਾਣੰ ਅਜੇਅੰ ਅਪੇਅੰ ਭਵਿੱਖਿਅੰ ਭਵਾਣੰ ਨਾ ਰੋਗੰ ਨਾ ਸੋਗੰ ਸੁਨਿਤ੍ਰਯੰ ਨਵੀਨੰ ਅਜਾਯੰ ਸਹਾਯੰ ਪਰਮੰ ਪ੍ਰਵੀਨੰ। ਸੋ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਜਿਸ ਤਰ੍ਹਾਂ ਅਕਾਲ ਉਸਤਤ ਜੀ ਦੀ ਬਾਣੀ ਆਪਾਂ ਪਹਿਲਾਂ ਸੰਗਤ ਜੀ ਸਰਵਣ ਕੀਤੀ ਹੈ। ਸੋ ਮੇਰੇ ਸਤਿਗੁਰ ਨੇ ਉਸ ਅਕਾਲ ਪੁਰਖ ਦੇ ਸਰੂਪ ਨੂੰ ਦਰਸਾਇਆ ਹੈ, ਉਹਦੇ ਕੌਤਕਾਂ ਦੀ ਗੱਲ ਕੀਤਿਆਂ ਹੋਇਆਂ ਉਸਨੂੰ ਪ੍ਰਣਾਮ ਕੀਤਾ ਹੈ, ਨਮਸਕਾਰ ਕੀਤਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਇੱਥੇ ਵੀ ਆਰੰਭਤਾ ਦੇ ਵਿੱਚ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਸਰਵਣ ਕਰ ਚੁੱਕੇ ਹਾਂ ਉਸ ਅਕਾਲ ਪੁਰਖ ਨੂੰ ਸੰਬੋਧਨ ਹੋ ਰਹੇ ਹਨ ਅਤੇ ਉਹਦੇ ਨਾਵਾਂ ਦਾ ਜ਼ਿਕਰ ਕਰਦਿਆਂ ਹੋਇਆਂ ਉਹਦੇ ਕੌਤਕ ਵਰਣਨ ਕਰਦਿਆਂ ਹੋਇਆਂ
ਉਸ ਨੂੰ ਨਮਸਕਾਰ ਕਰ ਰਹੇ ਨੇ ਅਤੇ ਉਸ ਦੀ ਤਾਕਤ ਨੂੰ, ਉਸ ਦੀ ਸ਼ਕਤੀ ਨੂੰ, ਉਸ ਦੇ ਬਲ ਨੂੰ ਉਹ ਪਰਮਾਤਮਾ ਜੋ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਜਦੋਂ ਵੱਖੋ ਵੱਖਰੇ ਰੂਪ ਧਾਰਨ ਕਰਦਾ ਹੈ, ਵੱਖੋ ਵੱਖਰੇ ਸਮੇਂ ਦੇ ਅੰਦਰ ਅਵਤਾਰ ਧਾਰਨ ਕਰਦਾ ਹੈ, ਸੱਚ ਦੇ ਵਾਸਤੇ ਖੜ੍ਹਾ ਹੁੰਦਾ ਹੈ, ਆਪਣੇ ਪਿਆਰਿਆਂ ਦੀ ਰਾਖੀ ਵਾਸਤੇ ਆਉਂਦਾ ਹੈ, ਅਤੇ ਉਸ ਦੇ ਪਰਥਾਏ ਮੇਰੇ ਸਤਿਗੁਰੂ ਉਸ ਅਕਾਲ ਪੁਰਖ ਨਿਰੰਕਾਰ ਦੀ ਜਿਹੜੀ ਹੈ ਉਹ ਸੋਭਾ ਸੰਗਤ ਜੀ ਕਰ ਰਹੇ ਹਨ। ਸੋ ਸਤਿਗੁਰੂ ਜੀ ਇੱਥੇ ਕਿਰਪਾ ਕਰ ਰਹੇ ਨੇ, ਸਵਾਦੰ ਅਨਾਦੰ ਅਨੀਲੰ ਅਨੰਤੰ ਅਦਵੈਖੰ ਅਭੇਖੰ ਮਹੇਸੰ ਮਹੰਤੰ। ਸਵਾਦੰ ਜਿੱਥੇ ਸੱਸੇ ਦੇ ਥੱਲੇ ਔਂਕੜ ਲੱਗਾ ਹੋਇਆ, ਸੋ ਮੇਰੇ ਸਤਿਗੁਰੂ ਉਸ ਨਿਰੰਕਾਰ ਉਸ ਪਰਮਾਤਮਾ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ ਸਵਾਦੰ। ਆਦਿ ਕਿਹਾ ਜਾਂਦਾ ਹੈ ਅਤੇ ਅੰਤ ਕਿਹਾ ਜਾਂਦਾ ਹੈ। ਬਾਣੀ ਦੇ ਅੰਦਰ ਆਪਾਂ ਸ਼ਬਦ ਪੜ੍ਹਦੇ ਹਾਂ ਆਦਿ ਤੋਂ ਅੰਤ ਤੱਕ, ਪਰ ਉਹ ਪਰਮਾਤਮਾ ਉਹ ਨਿਰੰਕਾਰ ਜਿਹੜਾ ਆਦਿ ਤੋਂ ਵੀ ਪਹਿਲਾਂ ਮੌਜੂਦ ਹੈ, ਜਿਸ ਦਾ ਨਾ ਤਾਂ ਕੋਈ ਆਦਿ ਹੈ ਅਤੇ ਨਾ ਹੀ ਜਿਸ ਦਾ ਕੋਈ ਅੰਤ ਹੈ। ਸੁਆਦੰ ਕਿ ਆਦਿ ਤੋਂ ਵੀ ਪਹਿਲਾਂ, ਜੋ ਕਿਸੇ ਵੀ ਆਦਿ ਅਤੇ ਅੰਤ ਦਾ ਮੁਹਤਾਜ ਨਹੀਂ, ਗਿਣਤੀ ਤੋਂ ਪਰੇ ਹੈ ਅਤੇ ਬੇਅੰਤ ਹੈ, ਜਿਸ ਨੂੰ ਗਿਣਿਆ ਨਹੀਂ ਜਾ ਸਕਦਾ, ਮਿਣਿਆ ਨਹੀਂ ਜਾ ਸਕਦਾ ਅਤੇ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸੁਆਦੰ ਅਨਾਦੰ ਅਨੀਲੰ ਅਨੰਤੰ, ਅਨੀਲੰ ਜਿਸ ਨੂੰ ਗਿਣਿਆ ਨਹੀਂ ਜਾ ਸਕਦਾ, ਮਿਣਿਆ ਨਹੀਂ ਜਾ ਸਕਦਾ ਅਤੇ ਅਨੰਤੰਗ ਜਿਸ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਕੋਈ ਵੀ ਵਸਤੂ ਹੋਵੇ, ਕੋਈ ਵੀ ਚੀਜ਼ ਹੋਵੇ, ਕੋਈ ਵੀ ਰਸਤਾ ਹੋਵੇ, ਦੁਨੀਆ ਦੇ ਅੰਦਰ ਮੌਜੂਦ ਕੋਈ ਵੀ ਜਿਹੜੀ ਸ਼ੈ ਹੈ ਉਸਦਾ ਆਰੰਭ ਹੈ ਅਤੇ ਉਸਦਾ ਅੰਤ ਹੈ। ਭਾਵ ਕੋਈ ਰਸਤਾ ਇੱਧਰੋਂ ਚੱਲਦਾ ਅਤੇ ਅਸੀਂ ਕਹਿੰਦੇ ਹਾਂ ਜੀ ਅੱਗੇ ਜਾ ਕੇ ਫਲਾਣੀ ਜਗ੍ਹਾ 'ਤੇ ਅੰਤ ਹੋ ਜਾਂਦਾ ਹੈ। ਕੋਈ ਚੀਜ਼ ਜਿਹੜੀ ਹੈ ਇੱਥੋਂ ਆਰੰਭ ਹੁੰਦੀ ਹੈ ਅਤੇ ਉੱਥੇ ਉਸਦਾ ਖਾਤਮਾ ਹੋ ਜਾਂਦਾ ਹੈ। ਸੋ ਸਤਿਗੁਰੂ ਨੇ ਕਿਰਪਾ ਕੀਤੀ ਹੈ ਇਸ ਧਰਤੀ ਦੇ ਉੱਪਰ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਸਾਰੀਆਂ ਚੀਜ਼ਾਂ ਜੰਮੀਆਂ ਨੇ ਅਤੇ ਇਹਨਾਂ ਨੇ ਖਤਮ ਹੋ ਜਾਣਾ ਹੈ, ਇਹਨਾਂ ਨੇ ਮਿਟ ਜਾਣਾ ਹੈ, ਹਰ ਇੱਕ ਚੀਜ਼ ਦਾ ਸਮਾਂ ਉਹ ਨਿਸ਼ਚਿਤ ਹੈ। ਪਰ ਉਹ ਪਰਮਾਤਮਾ, ਉਹ ਵਾਹਿਗੁਰੂ, ਉਹ ਨਿਰੰਕਾਰ ਜਿਹਨੇ ਇਹ ਸਾਰੀ ਖੇਡ ਰਚਾਈ ਹੈ, ਉਹ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਆਉਂਦਾ ਭਾਈ, ਉਹ ਇਹਨਾਂ ਤੋਂ ਮੁਕਤ ਹੈ। ਉਹਨੂੰ ਨਾ ਤਾਂ ਅਸੀਂ ਗਿਣ ਸਕਦੇ ਹਾਂ, ਮਿਣ ਸਕਦੇ ਹਾਂ ਅਤੇ ਨਾ ਹੀ ਉਹਦਾ ਆਦਿ ਅਤੇ ਅੰਤ ਪਾਇਆ ਜਾ ਸਕਦਾ ਹੈ ਕਿ ਉਹ ਕਦੋਂ ਪੈਦਾ ਹੋਇਆ ਅਤੇ ਕਦੋਂ ਉਹ ਖਤਮ ਹੋਵੇਗਾ। ਕਿਉਂ? ਕਿਉਂਕਿ ਉਹ ਇਹਨਾਂ ਬੰਧਨਾਂ ਦੇ ਵਿੱਚ ਬੱਧਾ ਹੋਇਆ ਉਹ ਨਹੀਂ ਹੈ। ਅਤੇ ਇਹ ਸ਼ਬਦ ਜਿਹੜੇ ਨੇ ਸੰਗਤ ਜੀ, ਜੇਕਰ ਆਪ ਜੀ ਲੜੀਵਾਰ ਸਤਿਗੁਰੂ ਜੀ ਦੀ ਵਿਚਾਰ ਸਰਵਣ ਕਰਦੇ ਆ ਰਹੇ ਹੋ ਅਤੇ ਆਪਨੇ ਕਈ ਵਾਰ ਸੁਣੇ ਹੋਣਗੇ, ਜਾਪ ਸਾਹਿਬ ਜੀ ਦੀ ਆਰੰਭਤਾ 'ਚ ਹੀ ਮੇਰੇ ਸਤਿਗੁਰੂ ਕਿਰਪਾ ਕਰਦੇ ਨੇ ਆਦਿੰਗ ਅਨੀਲੰਗ ਅਨੰਤੰਗ, ਐਸੇ ਅਨੇਕਾਂ ਸ਼ਬਦ ਮੇਰੇ ਸਤਿਗੁਰ ਨੇ ਵਾਰੰਬਾਰ ਉਸ ਵਾਹਿਗੁਰੂ ਦੀ ਉਸਤਤ ਦੇ ਵਿੱਚ ਉਚਾਰੇ ਨੇ ਅਤੇ ਅਕਾਲ ਉਸਦੇ ਜੀ ਦੀ ਬਾਣੀ ਦੇ ਵਿੱਚ ਵੀ ਮੇਰੇ ਸਤਿਗੁਰ ਨੇ ਜ਼ਿਕਰ ਕੀਤਾ ਹੈ ਇਹਨਾਂ ਸ਼ਬਦਾਂ ਦਾ। ਅਤੇ ਹੁਣ ਸੱਚੇ ਪਾਤਸ਼ਾਹ ਇੱਥੇ ਵੀ ਉਸ ਵਾਹਿਗੁਰੂ ਨਿਰੰਕਾਰ ਦੇ ਪਰਥਾਏ ਇਹਨਾਂ ਬਚਨਾਂ ਦਾ ਉਚਾਰਨ ਕਰਕੇ ਦੱਸ ਰਹੇ ਨੇ ਕਿ ਉਹ ਵਾਹਿਗੁਰੂ ਨਿਰੰਕਾਰ ਨੂੰ, ਪਰਮਾਤਮਾ ਨੂੰ ਭੁੱਲੀ ਨਾ ਅਤੇ ਨਾ ਹੀ ਉਹਨੂੰ ਆਪਣੇ ਦੁਨਿਆਵੀ ਰੂਪ ਵਾਂਗ, ਸਾਡੇ ਵਾਂਗ ਜਿਹੜਾ ਹੈ ਬੰਧਨਾਂ 'ਚ ਬੰਨ੍ਹੀ ਕਿ ਨਹੀਂ ਜੀ ਪਰਮਾਤਮਾ ਐਂ ਨਹੀਂ ਕਰ ਸਕਦਾ, ਪਰਮਾਤਮਾ ਐਂ ਨਹੀਂ ਕਰ ਸਕਦਾ, ਇਹ ਹੋ ਸਕਦਾ, ਇਹ ਨਹੀਂ ਹੋ ਸਕਦਾ। ਭਾਈ ਉਹ ਵਾਹਿਗੁਰੂ ਨਿਰੰਕਾਰ ਹੈ ਜਿਸ ਨੇ ਸਭ ਨੂੰ ਸੋਝੀ ਦਿੱਤੀ ਹੈ, ਜਿਹਨੇ ਸਭ ਨੂੰ ਬਣਾਇਆ ਹੈ, ਜਿਹਨੇ ਸਾਨੂੰ ਸੋਚਣ ਵਾਸਤੇ ਐਡਾ ਦਿਮਾਗ ਦੇ ਦਿੱਤਾ ਹੈ, ਅਤੇ ਉਹ ਆਪ ਕਿੱਡਾ ਕੁ ਤਾਕਤਵਰ ਹੋਵੇਗਾ। ਜੇਕਰ ਮਨੁੱਖ ਨੂੰ ਇਸ ਚੰਮ ਦੇ ਸਰੀਰ ਦੇ ਅੰਦਰ ਸਤਿਗੁਰ ਨੇ ਇੰਨੀ ਕੁ ਸੋਝੀ ਦੇ ਦਿੱਤੀ ਹੈ ਕਿ ਅੱਜ ਕੰਪਿਊਟਰ ਦੇ ਰਾਹੀਂ, ਸਾਇੰਸ ਦੇ ਰਾਹੀਂ ਅਸੀਂ ਉਸ ਵਾਹਿਗੁਰੂ ਨੂੰ, ਨਿਰੰਕਾਰ ਨੂੰ ਹੀ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਹੈ, ਅਤੇ ਆਪ ਜੀ ਇਸ ਗੱਲ ਨੂੰ ਕਦੇ ਬਹਿ ਕੇ ਵਿਚਾਰੋ ਕਿ ਭਾਈ ਜੇ ਸਾਨੂੰ ਇੰਨਾ ਦਿਮਾਗ ਉਹ ਦੇ ਸਕਦਾ ਹੈ, ਬਖਸ਼ਿਸ਼ ਕਰ ਸਕਦਾ ਹੈ, ਅਤੇ ਉਹ ਆਪ ਕਿੰਨਾ ਕੁ ਤਾਕਤਵਰ ਹੋਵੇਗਾ। ਅਤੇ ਜਿਹਨੇ ਸਾਨੂੰ ਬਣਾਇਆ ਹੈ, ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ ਉਹਦੇ 'ਤੇ ਹੀ ਤਰਕ ਕਰਨਗੀਆਂ, ਤਾਂ ਫਿਰ ਮੂਰਖਮਤੀ ਹੀ ਕਹੀ ਜਾ ਸਕਦੀ ਹੈ ਸੰਗਤ ਜੀ। ਸੋ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਅਨੀਲੰਗ ਅਨੰਤੰਗ, ਉਹ ਪਰਮਾਤਮਾ ਜਿਸ ਨੂੰ ਗਿਣਿਆ ਜਾਂ ਮਿਣਿਆ ਨਹੀਂ ਜਾ ਸਕਦਾ ਅਤੇ ਜਿਸ ਦਾ ਅੰਤ ਉਹ ਨਹੀਂ ਪਾਇਆ ਜਾ ਸਕਦਾ।
ਅਦਵੈਖੰ ਅਭੇਖੰ ਮਹੇਸੰ ਮਹੰਤੰ। ਅਦਵੈਖੰ ਜਿਹੜਾ ਕਿਸੇ ਦੇ ਨਾਲ ਅਦਵੈਖ ਦੀ ਭਾਵਨਾ ਨਹੀਂ ਰੱਖਦਾ, ਵਾਹਿਗੁਰੂ ਦਵੈਖ ਦੀ ਭਾਵਨਾ ਨਹੀਂ ਰੱਖਦਾ। ਦਵੈਖ ਹੁੰਦਾ ਹੈ ਜਿਹੜਾ ਦੋਸ਼ ਤੋਂ ਰਹਿ ਅਤੇ ਦਵੈਖ ਤੋਂ ਮੁਕਤ ਹੈ, ਭਾਵ ਮਨ ਦੇ ਅੰਦਰ ਕੋਈ ਛਲ ਕਪਟ ਨਹੀਂ ਰੱਖਦਾ ਕਿ ਜਿਹੜੇ ਮੇਰਾ ਨਾਂ ਜਪਦੇ ਨੇ, ਜਿਹੜੇ ਮੇਰੀ ਬਾਣੀ ਪੜ੍ਹਦੇ ਨੇ ਜਾਂ ਜਿਹੜੇ ਮੈਨੂੰ ਸਤਿਕਾਰ ਦਿੰਦੇ ਨੇ, ਉਹਨਾਂ ਦੇ ਮੈਂ ਸਾਰੇ ਕਾਰਜ ਕਰਾਂ, ਅਤੇ ਜਿਹੜੀ ਮੇਰੀ ਨਿੰਦਿਆ ਕਰਦੇ ਨੇ, ਮੇਰੀ ਬਾਣੀ ਨੂੰ ਨਹੀਂ ਪੜ੍ਹਦੇ ਜਾਂ ਉਸ ਨਿਰੰਕਾਰ ਨੂੰ ਬੋਲ ਕਬੋਲ ਬੋਲਦੇ ਨੇ, ਅਤੇ ਪਰਮਾਤਮਾ ਮਨ ਅੰਦਰ ਗੁੱਸਾ ਨਹੀਂ ਰੱਖਦਾ। ਸਾਡੇ ਵਾਂਗ ਸੰਗਤ ਜੀ ਉਸ ਵਾਹਿਗੁਰੂ ਦੀ ਬਿਰਤੀ ਨਹੀਂ ਕਿ ਜੇ ਤੁਸੀਂ ਮੇਰੀ ਉਸਤਤ ਕਰ ਦਿੱਤੀ ਹੈ, ਮੇਰੀ ਸ਼ਲਾਘਾ ਕਰ ਦਿੱਤੀ ਹੈ, ਤਾਂ ਤੁਸੀਂ ਮੇਰੇ ਪਿਆਰੇ ਹੋ ਗਏ, ਅਤੇ ਜੇ ਤੁਸੀਂ ਮੇਰੇ ਖਿਲਾਫ਼ ਕੁਝ ਬੋਲ ਦਿੱਤਾ ਤਾਂ ਮੈਂ ਤੁਹਾਡੇ ਨਾਲ ਗੁੱਸਾ ਗਿਲਾ ਕਰਾਂ, ਅਤੇ ਤੁਹਾਨੂੰ ਇਹੋ ਜਿਹੇ ਲਫ਼ਜ਼ ਵਰਤਾਂ ਕਿ ਜਿਹੜੇ ਮੇਰੇ ਮਨ ਦੇ ਦੁਆਇਖ ਨੂੰ ਪ੍ਰਗਟ ਕਰਦੇ ਨੇ ਕਿ ਭਾਈ ਮਨ ਅੰਦਰ ਇਹਦੇ ਸਾੜਾ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਕਹਿੰਦੇ ਆ ਨਾ ਕਿ ਸਭ ਨੂੰ ਇੱਕ ਨਜ਼ਰ ਦੇ ਨਾਲ ਦੇਖੇ, ਸਭ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਨੂੰ ਦੇਖੇ, ਅਤੇ ਫਿਰ ਤਦੇ ਦੇ ਬੋਲਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਇਹਨਾਂ ਬਚਨਾਂ 'ਤੇ ਪਹਿਰਾ ਦੇ ਰਿਹਾ, ਕਿਹੜਾ ਉਸ ਪਰਮਾਤਮਾ ਦੀ ਕੁਦਰਤ ਦੇ ਵਿੱਚ ਬਹਿ ਕੇ ਉਸ ਵਾਹਿਗੁਰੂ ਨਿਰੰਕਾਰ ਦੇ ਹੁਕਮ ਨੂੰ ਮੰਨ ਕੇ ਸਭ ਅੰਦਰ ਪਰਮਾਤਮਾ ਦੇਖਦਾ ਹੈ, ਅਤੇ ਕਿਹੜਾ ਕੇਵਲ ਅਤੇ ਕੇਵਲ ਨਿੰਦਿਆ ਹੀ ਕਰਦਾ। ਅਤੇ ਇੱਥੇ ਸੰਗਤ ਜੀ ਨਿੰਦਿਆ ਦਾ ਜਿਹੜਾ ਸੰਬੰਧ ਕੇਵਲ ਇਹ ਹੀ ਨਹੀਂ ਕਿ ਜੇ ਭਾਈ ਕਿਸੇ ਨੂੰ ਮਾੜਾ ਕਹਿ ਦਿੱਤਾ ਤਾਂ ਉਹ ਨਿੰਦਿਆ ਹੋ ਗਈ, ਨਹੀਂ, ਜਿਹੜਾ ਗਲਤ ਹੈ, ਗਲਤ ਨੂੰ ਗਲਤ ਕਹਿਣਾ ਉਹ ਵੀ ਗੁਰਸਿੱਖ ਦਾ ਫਰਜ਼ ਹੈ। ਸੋ ਅਸੀਂ ਕਈ ਵਾਰ ਜਿਹੜਾ ਇੱਥੇ ਥੋੜ੍ਹਾ ਜਿਹਾ ਮਨ ਅੰਦਰ ਭੁਲੇਖਾ ਰੱਖ ਲੈਂਦੇ ਹਾਂ ਜੀ, ਨਹੀਂ ਨਿੰਦਿਆ ਨਹੀਂ ਕਰਨੀ, ਅਤੇ ਜੇ ਕੋਈ ਮਾੜਾ ਵੀ ਕਾਰਜ ਕਰਦਾ ਤਾਂ ਚਲੋ ਛੱਡੋ, ਅਸੀਂ ਕੀ ਲੈਣਾ ਜੀ, ਅਸੀਂ ਉਹਦੀ ਗੱਲ ਨਹੀਂ ਕਰਨੀ, ਫਿਰ ਨਿੰਦਿਆ ਹੋ ਜਾਣੀ। ਨਹੀਂ ਭਾਈ, ਨਿੰਦਿਆ ਉਹ ਹੁੰਦੀ ਹੈ ਜਦੋਂ ਤੁਸੀਂ ਬਿਨਾਂ ਵਜ੍ਹਾ ਕਿਸੇ ਨੂੰ ਜਿਹੜਾ ਬਦਨਾਮ ਕਰੋ, ਬਿਨਾਂ ਵਜ੍ਹਾ ਕਿਸੇ ਗੱਲ ਤੋਂ ਬਗੈਰ ਜਿਹੜਾ ਕਿਸੇ ਵਿਅਕਤੀ ਦੇ ਉੱਪਰ, ਕਿਸੇ ਚੀਜ਼ ਦੇ ਉੱਪਰ, ਕਿਸੇ ਸਥਾਨ ਦੇ ਉੱਪਰ ਤਰਕ ਕਰੋ ਜਿਸ ਦਾ ਆਧਾਰ ਕੋਈ ਨਾ ਹੋਵੇ, ਉਹ ਨਿੰਦਿਆ ਕਹੀ ਜਾ ਸਕਦੀ ਹੈ। ਪਰ ਜੇਕਰ ਕੋਈ ਗਲਤ ਕਰ ਰਿਹਾ, ਗਲਤ ਕੰਮ ਹੋ ਰਿਹਾ, ਉਹਨੂੰ ਵਰਜਣਾ, ਉਹਨੂੰ ਰੋਕਣਾ, ਉਹਦੇ ਖਿਲਾਫ਼ ਆਵਾਜ਼ ਬੁਲੰਦ ਕਰਨੀ, ਉਹ ਨਿੰਦਿਆ ਨਹੀਂ, ਉਹ ਜਾਗਰੂਕਤਾ ਹੁੰਦੀ ਹੈ, ਉਹ ਤੁਹਾਡੀ ਸੋਝੀ ਹੁੰਦੀ ਹੈ ਜਿਹੜੀ ਪਰਮਾਤਮਾ ਦੇ ਸ਼ਬਦ ਨੂੰ ਪੜ੍ਹ ਕੇ ਆਪਣੇ ਮਨ ਹਿਰਦੇ ਅੰਦਰ ਵਸਾ ਕੇ ਉਹ ਵਾਹਿਗੁਰੂ ਨਿਰੰਕਾਰ ਜਿਹੜੇ ਨੇ ਉਹ ਫਿਰ ਬਖਸ਼ਦੇ ਨੇ। ਅਤੇ ਸਤਿਗੁਰੂ ਜੀ ਇੱਥੇ ਕਿਰਪਾ ਕਰ ਰਹੇ ਨੇ, ਜਿਹੜਾ ਦੁਆਇਸ਼ ਰਹਿਤ ਹੈ, ਦੁਆਇਖ ਜਿਹੜਾ ਮਨ ਦੇ ਅੰਦਰ ਦੁਵੱਲਾ ਭਾਵ ਨਹੀਂ ਰੱਖਦਾ, ਅਤੇ ਭੇਖ ਰਹਿਤ ਹੈ ਜਿਹਦਾ ਕੋਈ ਭੇਖ ਨਹੀਂ ਹੈ, ਸਾਡੇ ਵਾਂਗ ਨਹੀਂ ਕਿ ਜੀ ਉਹ ਮਨੁੱਖ ਹੈ, ਉਹ ਇਸਤਰੀ ਹੈ, ਉਹ ਬੱਚਾ ਹੈ, ਉਹ ਬੁੱਢਾ ਹੈ, ਉਹ ਜਾਨਵਰ ਹੈ, ਉਹ ਪੰਛੀ ਨਹੀਂ, ਉਹ ਸਰੀਰਾਂ ਦਾ ਮੁਹਤਾਜ ਨਹੀਂ, ਭੇਖਾਂ ਦਾ ਮੁਹਤਾਜ ਨਹੀਂ, ਉਹ ਵਾਹਿਗੁਰੂ ਨਿਰੰਕਾਰ, ਉਹ ਭੇਖ ਰਹਿਤ, ਉਹ ਵਾਹਿਗੁਰੂ ਹੈ। ਅਦਵੈਖੰ ਅਭੇਖੰ ਮਹੇਸੰ ਮਹੰਤੰ। ਮਹੇਸ਼ ਜਿਹੜਾ ਸਭ ਦਾ ਸੁਆਮੀ ਹੈ, ਧਰਤੀ ਦਾ ਪਾਲਣਹਾਰਾ ਹੈ, ਉਸ ਵਾਹਿਗੁਰੂ ਨੂੰ ਤਾਂ ਬਹੁਤ ਮਹਾਨ ਹੈ, ਜਿਸ ਦੀ ਮਹਾਨਤਾ, ਜਿਸ ਦੀ ਕਿਰਪਾਲਤਾ, ਜਿਸ ਦੀ ਦਿਆਲਤਾ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਹਨੂੰ ਗਿਣਿਆ ਅਤੇ ਮਿਣਿਆ ਉਹ ਨਹੀਂ ਜਾ ਸਕਦਾ। ਨਾ ਰੋਖੰ ਨਾ ਸੋਖੰ ਨਾ ਧਰੋਹੰ ਨਾ ਮੋਹੰ ਨਾ ਕਾਮੰ ਨਾ ਕ੍ਰੋਧੰ ਆਜੋਨੀ ਆਜੋਹੰ। ਨਾ ਰੋਖੰ, ਉਹ ਪਰਮਾਤਮਾ ਵਾਹਿਗੁਰੂ ਜਿਹੜਾ ਰੁੱਖਾ ਨਹੀਂ, ਸੁੱਕਦਾ ਨਹੀਂ, ਭਾਵ ਖਤਮ ਨਹੀਂ ਹੁੰਦਾ, ਹਰਿਆਲੀ ਨਹੀਂ ਮਰਦੀ ਜਿਸਦੀ, ਉਹ ਹਮੇਸ਼ਾ ਹਰਿਆ ਭਰਿਆ ਰਹਿੰਦਾ ਹੈ। ਸੋ ਹਰਿਆ ਭਰਿਆ ਇੱਥੇ ਮਤਲਬ ਇਹ ਨਹੀਂ ਲੈਣਾ ਆਪਾਂ ਸੰਗਤ ਜੀ ਕਿ ਉਹ ਦਰੱਖਤਾਂ ਦੀ ਤਰ੍ਹਾਂ ਉਹਦੇ ਪੱਤੇ ਲੱਗੇ ਹੋਏ ਨੇ ਅਤੇ ਉਹ ਹਰਿਆ ਭਰਿਆ ਨਹੀਂ, ਹਰੇ ਭਰੇ ਤੋਂ ਭਾਵ ਹਰਿਆਲੀ ਤੋਂ ਭਾਵ ਖੁਸ਼ਹਾਲੀ, ਅਤੇ ਜਿੱਥੇ ਸੋਕਾ ਪੈ ਜਾਵੇ, ਸੁੱਕ ਸੜ ਜਾਵੇ, ਸਾਰਾ ਕੁਝ ਉੱਥੇ ਕੰਗਾਲੀ ਹੋ ਜਾਂਦੀ ਹੈ। ਸੋ ਇਹਨਾਂ ਸ਼ਬਦਾਂ ਨੂੰ ਜਿਹੜਾ ਹੈ ਸਤਿਗੁਰ ਸੱਚੇ ਪਾਤਸ਼ਾਹ ਦੇ ਭਾਵ ਸਮਝਣ ਦਾ ਯਤਨ ਕਰਨਾ ਹੈ। ਕਈ ਵਾਰ ਅਸੀਂ ਸ਼ਬਦਾਂ ਨੂੰ ਆਧਾਰ ਬਣਾ ਕੇ ਜਿਹੜਾ ਹੈ ਉਹ ਸ਼ਬਦਾਂ ਦਾ ਹੇਰ ਬਦਲ ਕਰਕੇ ਹੀ ਜਿਹੜਾ ਸੰਗਤਾਂ ਨੂੰ ਭੁਲੇਖਾ ਪਾਈ ਜਾਂਦੇ ਹਾਂ। ਸੋ ਸਤਿਗੁਰੂ ਜੀ ਇੱਥੇ ਕਿਰਪਾ ਕਰ ਰਹੇ ਨੇ, ਉਹ ਵਾਹਿਗੁਰੂ, ਉਹ ਨਿਰੰਕਾਰ, ਨਾ ਰੋਖੰ, ਜਿਹੜਾ ਕਦੇ ਰੁੱਖਾ ਨਹੀਂ, ਗੁੱਸੇ ਨਹੀਂ ਹੁੰਦਾ, ਹਰਿਆ ਭਰਿਆ ਰਹਿੰਦਾ ਹੈ ਹਮੇਸ਼ਾ, ਸੁੱਕਦਾ ਨਹੀਂ, ਨਾ ਸੋਖੰ, ਅਤੇ ਨਾ ਹੀ ਉਹਦੇ ਅੰਦਰ ਕੋਈ ਦਗਾ ਦੀ ਭਾਵਨਾ ਹੈ, ਕਿਸੇ ਦੇ ਨਾਲ ਹੇਰਾ ਫੇਰੀ ਦੀ ਭਾਵਨਾ ਹੈ। ਨਾ ਰੋਖੰ ਨਾ ਸੋਖੰ ਨਾ ਧਰੋਹੰ ਨਾ ਮੋਹੰ। ਧਰੋਹ ਕਿਹਾ ਜਾਂਦਾ ਹੈ ਕਿਸੇ ਨਾਲ ਧੋਖਾ ਕਰਨਾ, ਧਰੋਹ ਕਮਾਉਣਾ, ਭਾਵ ਕਿਸੇ ਦੇ ਨਾਲ ਪਹਿਲਾਂ ਪਿਆਰਾ ਬਣ ਜਾਣਾ, ਉਹਦਾ ਸਾਥੀ ਬਣ ਜਾਣਾ, ਅਤੇ ਉਹਨੂੰ ਅਹਿਸਾਸ ਕਰਾਉਣਾ ਕਿ ਮੈਂ ਤੇਰੇ ਵੱਲ ਦਾ ਹੀ ਹਾਂ, ਮੈਂ ਤੇਰੇ ਨਾਲ ਦਾ ਹੀ ਹਾਂ,
ਤੇ ਫਿਰ ਉਹਦੀ ਪਿੱਠ ਪਿੱਛੇ ਉਹਦੀ ਚੁਗਲੀ ਨਿੰਦਿਆ ਕਰਕੇ ਦਾ ਉਹਦੇ ਕਾਰਜਾਂ ਦੇ ਵਿੱਚ ਵਿਘਨ ਪਾਉਣਾ ਜਾਂ ਉਸੇ ਨੂੰ ਬਦਨਾਮ ਕਰਨਾ, ਜਿਹਦੇ ਨਾਲ ਯਾਰੀ ਦੋਸਤੀ ਦੀ ਗੱਲ ਕਰਨੀ ਤੇ ਉਸੇ ਦੇ ਨਾਲ ਹੀ ਉਹਦੀ ਪਿੱਠ 'ਚ ਛੁਰਾ ਮਾਰ ਕੇ ਫਿਰ ਉਹਦੇ ਘਰ ਦੇ ਅੰਦਰ ਹੀ ਮੈਲੀ ਨਿਗਾਹ ਰੱਖਣੀ, ਉਹ ਹੁੰਦਾ ਹੈ ਧਰੋਹ ਕਮਾਉਣਾ ਕਿ ਜਿਹੜਾ ਸੱਜਣ ਮਿੱਤਰ ਬਣ ਕੇ ਅਤੇ ਕਿਸੇ ਦੇ ਨਾਲ ਹਰ ਰਾਜ਼ ਉਹਦਾ ਪਹਿਲਾਂ ਜਾਣਨਾ ਅਤੇ ਫਿਰ ਉਸੇ ਵਿਅਕਤੀ ਨੂੰ ਜਿਹੜਾ ਹੈ ਉਹ ਨੁਕਸਾਨ ਪਹੁੰਚਾ ਦੇਣਾ। ਪਰ ਉਹ ਪਰਮਾਤਮਾ ਵਾਹਿਗੁਰੂ ਇਹੋ ਜਿਹਾ ਨਹੀਂ, ਕਿਸੇ ਦੇ ਨਾਲ ਧਰੋਹ ਨਹੀਂ ਕਮਾਉਂਦਾ। ਨਾ ਰੋਖੰ ਨਾ ਸੋਖੰ ਨਾ ਧਰੋਹੰ ਨਾ ਮੋਹੰ ਅਤੇ ਨਾ ਹੀ ਕਿਸੇ ਦੇ ਨਾਲ ਕੋਈ ਵਿਸ਼ੇਸ਼ ਮੋਹ ਰੱਖਦਾ ਹੈ। ਸੋ ਇੱਥੇ ਮੋਹ ਤੋਂ ਭਾਵ ਇਹ ਨਹੀਂ ਕਿ ਉਹ ਆਪਣੇ ਪਿਆਰਿਆਂ ਨੂੰ ਜਿਹੜਾ ਹੈ ਉਹ ਮੰਨਦਾ ਨਹੀਂ ਜਾਂ ਆਪਣੇ ਪਿਆਰਿਆਂ ਦੇ ਨਾਲ ਜਿਹੜਾ ਹੈ ਉਹਦਾ ਕੋਈ ਰਿਸ਼ਤਾ ਨਹੀਂ। ਮੋਹ ਤੋਂ ਭਾਵ ਹੈ ਕਿ ਜਿਵੇਂ ਮੇਰਾ ਘਰ ਹੈ ਜੀ, ਮੇਰੇ ਬੱਚੇ ਨੇ ਜੀ, ਮੇਰੀ ਪਤਨੀ ਹੈ, ਮੇਰੇ ਮਾਤਾ ਪਿਤਾ ਨੇ, ਮੇਰੀਆਂ ਚੀਜ਼ਾਂ ਨੇ, ਮੇਰੀਆਂ ਵਸਤਾਂ ਨੇ, ਇਹਨਾਂ ਦੇ ਨਾਲ ਮਨੁੱਖ ਦਾ ਬਹੁਤਾ ਮੋਹ ਹੁੰਦਾ ਹੈ, ਦੂਜੀਆਂ ਚੀਜ਼ਾਂ ਦੇ ਨਾਲ ਸਾਡਾ ਐਡਾ ਮੋਹ ਨਹੀਂ ਹੁੰਦਾ। ਅਤੇ ਪਰ ਉਹ ਪਰਮਾਤਮਾ ਇਹੋ ਜਿਹਾ ਨਹੀਂ ਕਿ ਇਹ ਜੀ ਮੇਰੀ ਕੁੱਲ 'ਚੋਂ ਆ ਰਿਹਾ ਹੈ ਜਾਂ ਮੇਰੀ ਵੰਸ਼ 'ਚੋਂ ਆ ਰਿਹਾ ਹੈ ਜਾਂ ਜਿਹੜੇ ਗੁਰਮੁਖ ਪਿਆਰੇ ਮੇਰਾ ਨਾਮ ਭਜਨ ਬੰਦਗੀ ਕਰਦੇ ਨੇ ਜਾਂ ਜਿਨ੍ਹਾਂ ਨੇ ਮੇਰੀ ਸੇਵਾ ਕੀਤੀ ਹੈ ਇਹ ਉਹਨਾਂ ਦਾ ਪੁੱਤਰ ਹੈ ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਨਾਲ ਕੋਈ ਖਾਸ ਮੋਹ ਰੱਖੇ, ਜਿਵੇਂ ਅਸੀਂ VIP ਕਲਚਰ ਭਾਲਦੇ ਹਾਂ ਨਾ, ਮੈਂ ਤਾਂ ਜੀ ਫਲਾਣੇ ਸੰਤਾਂ ਦਾ ਬਹੁਤ ਨਜ਼ਦੀਕ ਹੀ ਰਿਹਾ, ਮੈਂ ਤਾਂ ਜੀ ਉਹਨਾਂ ਦੇ ਗੜਬਈ ਦਾ ਗਾਹ ਤੋਂ ਗਾਂਹ ਰਿਸ਼ਤੇਦਾਰ ਹਾਂ, ਮੈਂ ਤਾਂ ਜੀ ਡੇਰੇ ਆਉਂਦਾ ਜਾਂਦਾ ਰਿਹਾ। ਸੋ ਇਹਦਾ ਮਤਲਬ ਇਹ ਕਿ ਭਾਈ ਜੇ ਮੈਂ ਡੇਰੇ ਆਉਂਦਾ ਜਾਂਦਾ ਰਿਹਾ ਜਾਂ ਮਹਾਂਪੁਰਖਾਂ ਦੀ ਸੇਵਾ ਕਰਦਾ ਰਿਹਾ ਤਾਂ ਫਿਰ ਮੇਰੇ ਨਾਲ ਬਹੁਤਾ ਜ਼ਿਆਦਾ ਨੇ ਅਤੇ ਬਾਕੀਆਂ ਦੇ ਨਾਲ ਹੈ ਨਹੀਂ। ਨਹੀਂ ਭਾਈ, ਉਹ ਪਰਮਾਤਮਾ ਇਹੋ ਜਿਹਾ ਨਹੀਂ ਕਰਦਾ, ਉਹਦੇ ਵਾਸਤੇ ਸਭ ਬਰਾਬਰ ਨੇ। ਜਿਹੜੇ ਜਪਦੇ ਨੇ ਉਹ ਵੀ ਆਪਣੇ ਆਪ ਵਾਸਤੇ ਜਪਦੇ ਨੇ, ਉਹਨਾਂ 'ਤੇ ਉਹਦੀ ਖੁਸ਼ੀ ਹੈ, ਜਿਹੜੇ ਨਹੀਂ ਜਪਦੇ ਉਹਨਾਂ ਨਾਲ ਵੀ ਉਹ ਵੈਰ ਨਹੀਂ ਰੱਖਦਾ, ਜਿਹੋ ਜਿਹੋ ਜਿਹਾ ਕਰਮ ਹੈ ਉਹੋ ਜਿਹਾ ਫਲ ਉਹ ਪਰਮਾਤਮਾ ਉਹ ਦੇਈ ਜਾਂਦਾ। ਸੋ ਸਤਿਗੁਰੂ ਕਿਰਪਾ ਕਰ ਰਹੇ ਨੇ, ਨਾ ਧਰੋਹੰਗ ਨਾ ਮੋਹੰਗ, ਨਾ ਕਿਸੇ ਦੇ ਨਾਲ ਧਰੋਹ ਕਮਾਉਂਦਾ ਅਤੇ ਨਾ ਹੀ ਕਿਸੇ ਦੇ ਨਾਲ ਵਿਸ਼ੇਸ਼ ਮੋਹ ਰੱਖਦਾ ਹੈ। ਨਾ ਕਾਮੰਗ ਨਾ ਕ੍ਰੋਧੰਗ ਅਜੋਨੀ ਅਜੋਹੰ, ਨਾ ਉਹ ਕਾਮ ਦੇ ਵਿੱਚ ਵੱਧਾ ਹੋਇਆ, ਨਾ ਕਾਮਨਾਵਾਂ ਦਾ ਭਰਿਆ ਹੋਇਆ, ਨਾ ਹੀ ਕਾਮ ਬਿਰਤੀ ਦਾ ਗਰਸਿਆ ਹੋਇਆ। ਕ੍ਰੋਧ ਅਜੋਨੀ ਅਜੋਹੰ, ਕ੍ਰੋਧ ਤੋਂ ਮੁਕਤ ਹੈ, ਜੂਨਾ ਤੋਂ ਮੁਕਤ ਹੈ ਉਹ ਪਰਮਾਤਮਾ। ਉਹ ਵਾਹਿਗੁਰੂ ਸਾਡੇ ਵਾਂਗ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ ਅਤੇ ਜੂਨੀਆਂ ਦੇ ਵਿੱਚ ਜਿਹੜਾ ਹੈ ਉਹ ਫਸਿਆ ਹੋਇਆ ਨਹੀਂ। ਅਜੋਹੰ ਕਿਹਾ ਜਾਂਦਾ ਹੈ ਸੰਗਤ ਜੀ ਜਿਹੜਾ ਅਦ੍ਰਿਸ਼ ਹੈ, ਜਿਹੜਾ ਦਿਸਦਾ ਨਹੀਂ, ਉਹ ਪਰਮਾਤਮਾ ਜਿਹੜਾ ਸਾਹਮਣੇ ਪ੍ਰਤੱਖ ਨਜ਼ਰ ਨਹੀਂ ਆਉਂਦਾ। ਪ੍ਰਤੱਖ ਤੋਂ ਭਾਵ ਕਿ ਅਸੀਂ ਦੇਖ ਨਹੀਂ ਸਕਦੇ ਕਿ ਜੀ ਇਹ ਪਰਮਾਤਮਾ ਹੈ, ਅਤੇ ਜੇ ਅਸੀਂ ਅੰਤਰਬਿਰਤੀ ਦੇ ਨਾਲ ਉਸ ਪਰਮਾਤਮਾ ਨੂੰ ਮਹਿਸੂਸ ਕਰਨਾ ਹੋਵੇ ਤਾਂ ਉਹ ਹਵਾ 'ਚ ਵੀ ਹੈ, ਉਹ ਪਾਣੀ 'ਚ ਵੀ ਹੈ, ਉਹ ਦਰੱਖਤਾਂ 'ਚ ਵੀ ਹੈ, ਇਨਸਾਨਾਂ 'ਚ ਵੀ ਹੈ, ਜਾਨਵਰਾਂ 'ਚ ਵੀ ਹੈ, ਕਿਉਂਕਿ ਜਿਹਦੇ ਅੰਦਰ ਸਾਹ ਪ੍ਰਾਣ ਚੱਲ ਰਹੇ ਨੇ ਉਹ ਕਿਰਪਾ ਉਸ ਵਾਹਿਗੁਰੂ ਨਿਰੰਕਾਰ ਦੀ ਹੀ ਹੈ। ਸੋ ਹਰ ਜਗ੍ਹਾ ਮੌਜੂਦ ਹੈ ਪਰ ਕੋਈ ਇਹਦਾ ਇੱਕ ਰੂਪ ਨਹੀਂ। ਪ੍ਰਤੱਖ ਜਿਹੜਾ ਸਾਹਮਣੇ ਨਜ਼ਰ ਨਹੀਂ ਆਉਂਦਾ ਕਿ ਭਾਈ ਇਹ ਪਰਮਾਤਮਾ ਜਿਹੜਾ ਹੈ ਉਹ ਇਸ ਤਰੀਕੇ ਦੇ ਨਾਲ ਹੈ। ਅਤੇ ਹੁਣ ਆਪ ਜੀ ਇੱਥੇ ਸਵਾਲ ਫਿਰ ਕਰੋਗੇ ਵੀ ਭਾਈ ਜੇ ਹਰ ਚੀਜ਼ 'ਚ ਮੌਜੂਦ ਹੈ ਤਾਂ ਫਿਰ ਪ੍ਰਤੱਖ ਨਜ਼ਰ ਕਿਉਂ ਨਹੀਂ ਆਉਂਦਾ? ਕਹਿਣ ਤੋਂ ਭਾਵ ਕਿ ਜੇਕਰ ਮੈਨੂੰ ਮਿਲਣਾ ਹੋਵੇ ਜਾਂ ਮੇਰੀ ਕੋਈ ਗੱਲ ਕਰੇ ਤਾਂ ਤੁਸੀਂ ਮੈਨੂੰ ਸਾਹਮਣੇ ਦੇਖੋਗੇ, ਮੇਰਾ ਨਾਂ ਲਓਗੇ, ਅਤੇ ਜੇ ਮੈਂ ਸਾਹਮਣੇ ਖੜਾ ਹੋਵਾਂਗਾ ਤਾਂ ਤੁਸੀਂ ਕਹੋਗੇ ਜੀ ਹਾਂ ਭਾਈ ਸਾਹਿਬ ਫਲਾਣਾ ਬੰਦਾ ਸਾਹਮਣੇ ਉਹ ਸਾਡੇ ਖੜਾ ਹੈ ਕਿਉਂਕਿ ਅਸੀਂ ਉਹਨੂੰ ਦੇਖ ਸਕਦੇ ਹਾਂ। ਪਰ ਜੇ ਅਸੀਂ ਦੇਖ ਨਹੀਂ ਸਕਦੇ ਅਸੀਂ ਨਾਂ ਲਵਾਂਗੇ ਗੱਲ ਕਰਾਂਗੇ। ਇਸੇ ਤਰ੍ਹਾਂ ਉਹ ਪਰਮਾਤਮਾ ਦੇ ਬੇਅੰਤ ਨਾਮ ਨੇ ਅਤੇ ਉਹ ਹਰ ਸ਼ੈਅ ਦੇ ਵਿੱਚ ਮੌਜੂਦ ਹੈ। ਉਹਦਾ ਕੋਈ ਇੱਕ ਖਾਸ ਰੂਪ ਨਹੀਂ ਜਾਂ ਕੋਈ ਉਹਦਾ ਇੱਕ ਰੂਪ ਨਹੀਂ ਕਿ ਜਿਹੜਾ ਅਸੀਂ ਕਹਿ ਸਕੀਏ ਜੀ ਇਹੀ ਪਰਮਾਤਮਾ ਹੈ ਅਤੇ ਹੋਰ ਕੋਈ ਨਹੀਂ। ਅਤੇ ਜੇ ਮੰਨਿਆ ਜਾਵੇ ਤਾਂ ਉਹ ਹਰ ਥਾਂ 'ਤੇ ਮੌਜੂਦ ਹੈ। ਪਰ ਜੇ ਅਸੀਂ ਕਹੀਏ ਕਿ ਸਾਨੂੰ ਇੱਕ ਰੂਪ ਦੇ ਵਿੱਚ ਚੱਲਦਾ ਫਿਰਦਾ ਨਜ਼ਰ ਆਵੇ, ਅਸੀਂ ਕਹੀਏ ਕਿ ਜੀ ਅੱਜ ਇੱਥੇ ਹੈ ਅਤੇ ਅੱਜ ਉੱਥੇ ਹੈ, ਨਹੀਂ ਭਾਈ, ਇੱਦਾਂ ਸਾਹਮਣੇ ਸਾਕਸ਼ਾਤ ਮਨੁੱਖਾਂ ਦੀ ਤਰ੍ਹਾਂ ਉਹ ਸਾਨੂੰ ਨਜ਼ਰ ਹੀ ਨਹੀਂ ਪੈਂਦਾ, ਭਾਵੇਂ ਹਰ ਮਨੁੱਖ 'ਚ ਉਹਦੀ ਜੋਤ ਉਹ ਜਗਦੀ ਪਈ ਹੈ। ਸੋ ਵਾਹਿਗੁਰੂ ਨਿਰੰਕਾਰ ਕਿਰਪਾ ਕਰਦੇ ਨੇ ਕਿ ਐਸੀ ਤਰ੍ਹਾਂ ਅਜੋਹੰਗ ਜਿਹੜਾ ਦਿਸਦਾ ਨਹੀਂ ਉਹ ਪਰਮਾਤਮਾ ਉਹ ਵਾਹਿਗੁਰੂ, ਉਸ ਦੇ ਬਾਰੇ ਸਤਿਗੁਰੂ ਜੀ ਇੱਥੇ ਉਹ ਬਦਨ ਕਰ ਰਹੇ ਹਨ। ਪਰੇਅੰ ਪਵਿੱਤਰੰ ਪੁਨੀਤੰ ਪੁਰਾਣੰ ਅਜੇਅੰ ਅਪੇਅੰ ਭਵਿੱਖੰ ਭਵਾਣੰ ਨਾ ਰੋਗੰ ਨਾ ਸੋਗੰ ਨਾ ਨਿਤ੍ਰੰ ਨਵੀਨੰ ਅਜਾਯੰ ਸਹਾਯੰ ਪਰਮੰ ਪ੍ਰਵੀਨੰ। ਉਹ ਵਾਹਿਗੁਰੂ ਜਿਹੜਾ ਮਨ ਅਤੇ ਬਾਣੀ ਤੋਂ ਪਰੇ ਹੈ, ਭਾਵ ਸਾਡੇ ਵਾਂਗ ਮਨ ਦਾ ਬੱਧਾ ਹੋਇਆ ਨਹੀਂ ਅਤੇ ਕਥਿਆ ਨਹੀਂ ਜਾ ਸਕਦਾ, ਬਖਾਨ ਨਹੀਂ ਕੀਤਾ ਜਾ ਸਕਦਾ। ਪਵਿੱਤਰੰ ਪਵਾਨੰ, ਜਿਹੜਾ ਪਵਿੱਤਰ ਹੈ, ਪਾਵਨ ਹੈ,
ਸਾਡੇ ਵਾਂਗ ਦੁੱਖਾਂ ਦਾ ਭਰਿਆ ਹੋਇਆ ਨਹੀਂ, ਉਹਦੇ ਅੰਦਰ ਕੋਈ ਦੁੱਖ ਨਹੀਂ। ਉਹ ਵਾਹਿਗੁਰੂ ਉਸ ਨਿਰੰਕਾਰ ਉਸ ਪਰਮਾਤਮਾ ਦੀ ਮੇਰੇ ਸਤਿਗੁਰੂ ਜੀ ਗੱਲ ਕਰ ਰਹੇ ਨੇ। ਪੁਰਾਣ ਜਿਹੜਾ ਪੁਰਾਤਨ ਹੈ, ਇਹ ਨਹੀਂ ਕਿ ਕੋਈ ਨਵੀਂ ਚੀਜ਼ ਪੈਦਾ ਹੋ ਗਈ ਹੈ, ਪਹਿਲਾਂ ਵੀ ਸੀ, ਅੱਜ ਵੀ ਹੈ ਅਤੇ ਹਮੇਸ਼ਾ ਰਹੇਗਾ। ਅਸੀਂ ਤਾਂ ਪੈਦਾ ਹੁੰਦੇ ਹਾਂ, ਖਤਮ ਹੋ ਜਾਂਦੇ ਹਾਂ, ਕੋਈ ਨਵੀਂ ਤੋਂ ਨਵੀਂ ਕਾਢ ਆ ਜਾਂਦੀ ਹੈ, ਪਰ ਉਹ ਪਰਮਾਤਮਾ ਪਹਿਲਾਂ ਵੀ ਮੌਜੂਦ ਸੀ, ਅੱਜ ਵੀ ਹੈ ਅਤੇ ਹਮੇਸ਼ਾ ਰਹੇਗਾ। ਭਾਵ ਪੁਰਾਣ ਜਿਹੜਾ ਪੁਰਾਣ ਪੁਰਾਤਨ ਤੋਂ ਪੁਰਾਤਨ ਸਮੇਂ ਤੋਂ ਪਹਿਲਾਂ ਵੀ ਸੀ, ਅੱਜ ਵੀ ਹੈ ਅਤੇ ਅੱਗੇ ਵੀ ਰਹੇਗਾ। ਅਤੇ ਉਹ ਵਾਹਿਗੁਰੂ ਨਿਰੰਕਾਰ ਜਿਹੜਾ ਭੈ ਰਹਿਤ ਹੈ, ਜਿਹੜਾ ਕਿਸੇ ਦਾ ਵੀ ਭੈ ਨਹੀਂ ਮੰਨਦਾ, ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਅਜੇਅੰਗ ਅਭੇਅੰਗ, ਜਿਹੜਾ ਕਿਸੇ ਦਾ ਭੈ ਨਹੀਂ ਮੰਨਦਾ, ਭਵਿੱਖੰਗ ਭਵਾਨੰਗ, ਜਿਹੜਾ ਭੂਤਕਾਲ ਭਵਿੱਖਕਾਲ ਵਰਤਮਾਨ ਕਾਲ ਸਭ ਕਾਲਾਂ ਦੇ ਵਿੱਚ ਮੌਜੂਦ ਹੈ, ਨਾ ਰੋਗੰਗ ਨਾ ਸੋਗੰਗ ਨਾ ਨ੍ਰਿਤਯੰਗ ਨਵੀਨੰਗ ਅਜਾਇੰਗ ਸਹਾਇੰਗ ਪਰਮੰਗ ਪ੍ਰਵੀਨੰਗ, ਉਹ ਪਰਮਾਤਮਾ ਉਹ ਵਾਹਿਗੁਰੂ ਜਿਹੜਾ ਰੋਗ ਅਤੇ ਸੋਗ ਤੋਂ ਰਹਿਤ ਹੈ। ਭਾਵ ਸਾਡੇ ਵਾਂਗ ਸਰੀਰਾਂ ਨੂੰ ਜਿਵੇਂ ਰੋਗ ਲੱਗ ਜਾਂਦੇ ਨੇ, ਬਿਮਾਰੀਆਂ ਦੇ ਗ੍ਰਸਤ ਹੋ ਜਾਂਦੇ ਹਾਂ, ਉਹ ਵਾਹਿਗੁਰੂ ਇਸ ਤਰੀਕੇ ਦੇ ਨਾਲ ਬਿਮਾਰੀਆਂ ਦਾ ਰੋਗਾਂ ਦਾ ਉਹ ਜਕੜਿਆ ਹੋਇਆ ਨਹੀਂ, ਉਹਨਾਂ ਤੋਂ ਮੁਕਤ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ, ਨਵੀਨ ਅੰਗ, ਜਿਹੜਾ ਹਮੇਸ਼ਾ ਹੀ ਨਵਾਂ ਹੈ। ਅਤੇ ਪਹਿਲਾਂ ਬਚਨ ਆਇਆ ਸੀ ਕਿ ਜਿਹੜਾ ਪੁਰਾਤਨ ਹੈ, ਅਤੇ ਸਤਿਗੁਰੂ ਨੇ ਦੋਵੇਂ ਬਚਨ ਕਰ ਦਿੱਤੇ ਨੇ ਕਿ ਭਾਈ ਪਹਿਲਾਂ ਤੋਂ ਮੌਜੂਦ ਸੀ ਅਤੇ ਉਹ ਕੋਈ ਨਵਾਂ ਨਹੀਂ, ਪੁਰਾਤਨ ਹੈ, ਅਤੇ ਸਤਿਗੁਰ ਮੇਰਾ ਨੀਤ ਨਵਾਂ। ਜਿਵੇਂ ਜਿਵੇਂ ਉਹਨੂੰ ਜਪਦੇ ਜਾਂਦੇ ਹਾਂ, ਜਿਵੇਂ ਜਿਵੇਂ ਉਹਨੂੰ ਪੜ੍ਹਦੇ ਜਾਂਦੇ ਹਾਂ, ਜਿਵੇਂ ਜਿਵੇਂ ਉਹਦੀ ਕਿਰਪਾ ਹੁੰਦੀ ਜਾਂਦੀ ਹੈ, ਫਿਰ ਰੋਜ਼ ਇਹ ਅਹਿਸਾਸ ਹੁੰਦਾ ਹੈ ਕਿ ਅੱਜ ਮੇਰੇ ਸਤਿਗੁਰ ਨੇ ਹੋਰ ਕਿਰਪਾ ਕਰ ਦਿੱਤੀ, ਹੋਰ ਬਖਸ਼ਿਸ਼ ਕਰ ਦਿੱਤੀ, ਕੋਈ ਹੋਰ ਸ਼ਬਦ ਪੱਲੇ ਪੈ ਗਿਆ, ਕੋਈ ਹੋਰ ਗੱਲ ਸਮਝ ਆ ਗਈ। ਸੋ ਨਿੱਤ ਨਵਾਂ ਹੀ ਨਵਾਂ ਪਰਮਾਤਮਾ ਜਿਹੜਾ ਫਿਰ ਸਾਨੂੰ ਮਹਿਸੂਸ ਹੋਣ ਲੱਗ ਪੈਂਦਾ, ਜਦੋਂ ਉਹਦੀ ਨਾਮ ਭਗਤੀ ਦਾ ਰੰਗ ਉਹ ਚੜ੍ਹਨਾ ਸ਼ੁਰੂ ਹੋ ਜਾਵੇ ਸੰਗਤ ਜੀ। ਅਤੇ ਇੱਥੇ ਫਿਰ ਤਰਕਵਾਨ ਤਾਂ ਕਹਿ ਦਿੰਦੇ ਨੇ ਜੀ, ਇੱਕ ਪਾਸੇ ਕਹਿ ਦਿੱਤਾ ਪੁਰਾਤਨ ਹੈ, ਇੱਕ ਪਾਸੇ ਕਹਿ ਰਹੇ ਨੇ ਨਵੀਨ ਹੈ, ਸ਼ਬਦਾਂ ਨੂੰ ਫੜ ਕੇ ਬਹਿ ਗਏ, ਅਤੇ ਉਸ ਵਾਹਿਗੁਰੂ ਦੇ ਨਾਮ ਸਿਮਰਨ ਤੋਂ ਭਗਤੀ ਤੋਂ ਤੋੜ ਲਿਆ, ਲੈਣਾ ਤਾਂ ਆਨੰਦ ਸੀ, ਸਵਾਦ ਮੰਨਣਾ ਸੀ, ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ ਸੀ, ਪਰ ਸ਼ਬਦ ਫੜ ਕੇ ਬਹਿ ਗਏ ਅਤੇ ਉਸ ਪਰਮਾਤਮਾ ਦੀਆਂ ਖੁਸ਼ੀਆਂ ਤੋਂ ਫਿਰ ਵਾਂਝੇ ਰਹਿ ਗਏ। ਅਤੇ ਸਤਿਗੁਰੂ ਕਿਰਪਾ ਕਰ ਰਹੇ ਨੇ ਕਿ ਭਾਈ ਉਹ ਪੁਰਾਤਨ ਵੀ ਹੈ ਅਤੇ ਨਿੱਤ ਨਵਾਂ ਹੈ। ਅਤੇ ਜੇਕਰ ਸੰਗਤ ਜੀ ਕਿਸੇ ਮਨ ਦੇ ਅੰਦਰ ਸ਼ੰਕਾ ਹੋਵੇ ਨਾ, ਅਤੇ ਕਿਸੇ ਨੂੰ ਇਹ ਲੱਗਦਾ ਹੋਵੇ ਜੀ ਕਿਵੇਂ ਹੋ ਸਕਦਾ ਹੈ ਜੀ, ਇਹ ਗੱਲ ਸੰਭਵ ਹੈ ਜਾਂ ਨਹੀਂ ਹੈ, ਅਤੇ ਕੋਈ ਵੀ ਤਰਕ ਕਰਨ ਤੋਂ ਪਹਿਲਾਂ ਮੇਰੀ ਬੇਨਤੀ ਹੈ, ਜਦੋਂ ਵੀ ਸਮਾਂ ਮਿਲੇ, ਹੋ ਸਕੇ ਤਾਂ ਅੰਮ੍ਰਿਤ ਵੇਲੇ ਉੱਠ ਕੇ ਨਾ, ਇਸ਼ਨਾਨ ਪਾਣ ਕਰਕੇ ਕੋਈ 2 ਮਿੰਟ 4 ਮਿੰਟ 5 ਮਿੰਟ ਬਹਿ ਕੇ ਉਸ ਵਾਹਿਗੁਰੂ ਪਰਮਾਤਮਾ ਅੱਲਾ ਭਗਵਾਨ ਜਿਹਨੂੰ ਵੀ ਮੰਨਦੇ ਹੋ ਉਹਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਦੇਖਿਓ, ਅਤੇ 2 ਮਿੰਟ ਵਾਸਤੇ ਵਾਹਿਗੁਰੂ ਵਾਹਿਗੁਰੂ ਸਤਨਾਮ ਦਾ ਜਾਪ ਕਰਕੇ ਦੇਖਿਓ, ਅਤੇ ਫਿਰ ਆਪ ਮਹਿਸੂਸ ਕਰਕੇ ਇਸ ਗੱਲ ਨੂੰ ਦੱਸਿਓ ਕਿ ਹਾਂ ਪਰਮਾਤਮਾ ਨਵੀਨ ਮਹਿਸੂਸ ਹੁੰਦਾ ਜਾਂ ਉਹਦੀ ਕਿਰਪਾ ਮਹਿਸੂਸ ਹੁੰਦੀ ਹੈ ਜਾਂ ਨਹੀਂ ਹੁੰਦੀ। ਹਾਂ, ਜਿਨ੍ਹਾਂ ਨੇ ਨਹੀਂ ਮੰਨਣਾ, ਜਿਨ੍ਹਾਂ ਨੇ ਨਹੀਂ ਜਪਣਾ, ਉਹਨਾਂ ਦੀ ਭਾਈ ਗੱਲ ਵੱਖਰੀ ਹੈ, ਪਰ ਮੈਂ ਇਹ ਗੱਲ ਕਹਿ ਰਿਹਾ ਕਿ ਘੱਟ ਤੋਂ ਘੱਟ ਕਰਕੇ ਤਾਂ ਦੇਖੋ, ਅਤੇ ਫਿਰ ਤੁਸੀਂ ਆਪ ਮਹਿਸੂਸ ਕਰੋ। ਮੇਰੇ ਕਹਿਣ 'ਤੇ ਜਾਂ ਕਿਸੇ ਦੇ ਕਹਿਣ 'ਤੇ ਨਾ ਲੱਗਣਾ ਹੈ ਨਾ ਹਟਣਾ ਹੈ, ਪਰ ਜਦੋਂ ਅਸੀਂ ਆਪ ਉਪਰਾਲਾ ਕਰਾਂਗੇ, ਉਹਦੇ ਚਰਨਾਂ 'ਚ ਬੇਨਤੀ ਕਰਕੇ ਜੁੜਾਂਗੇ, ਤਾਂ ਫਿਰ ਉਹ ਰੰਗ ਚੜ੍ਹਾ ਦਿੰਦਾ ਹੈ, ਅਤੇ ਜਦੋਂ ਉਹਦਾ ਫਿਰ ਰੰਗ ਚੜ੍ਹ ਜਾਂਦਾ ਹੈ ਤਾਂ ਫਿਰ ਆਪ ਮੁਹਾਰੇ ਫਿਰ ਸੋਝੀ ਜਿਹੜੀ ਹੈ ਉਹ ਪਰਮਾਤਮਾ ਉਹ ਬਖਸ਼ਣ ਲੱਗ ਪੈਂਦਾ ਹੈ। ਅਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਇੱਕ ਭਵਿੱਖ ਨੂੰ, ਜਿਹੜਾ ਭਵਿੱਖ ਦੇ ਵਿੱਚ ਵੀ ਹੈ, ਵਰਤਮਾਨ ਦੇ ਵਿੱਚ ਵੀ ਹੈ, ਭੂਤਕਾਲ ਦੇ ਵਿੱਚ ਵੀ ਹੈ, ਨਿੱਤ ਨਵਾਂ ਹੈ, ਨਾ ਜਨਮ, ਜਿਹੜਾ ਜਨਮ ਨਹੀਂ ਲੈਂਦਾ, ਨਾ ਸਾਡੇ ਵਾਂਗ ਜਨਮਦਾ ਹੈ ਅਤੇ ਨਾ ਸਾਡੇ ਵਾਂਗ ਉਹ ਬਿਨਸਦਾ ਹੈ। ਅਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਅਜਾਇੰਗ ਸਹਾਇੰਗ ਪਰਮੰਗ ਪ੍ਰਵੀਨੰਗ, ਅਜਾਇੰਗ ਜਿਸ ਨੂੰ ਜ਼ਾਇਆ ਨਹੀਂ ਕੀਤਾ ਜਾ ਸਕਦਾ, ਜਿਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਭਾਵ ਜੰਮਦਾ ਨਹੀਂ ਅਤੇ ਮਰਦਾ ਨਹੀਂ। ਸਹਾਇੰਗ ਜਿਹੜਾ ਸਹਾਇਕ ਹੈ, ਸਹਾਇਤਾ ਕਰਦਾ ਹੈ, ਜਿਹੜਾ ਵੀ ਉਹਦੇ ਦਰ 'ਤੇ ਆ ਕੇ ਝੋਲੀ ਅੱਡ ਕੇ ਉਹਦੇ ਮੂਹਰੇ ਹਟ ਜਾਂਦਾ ਹੈ, ਉਹ ਪਰਮਾਤਮਾ ਉਹਦੇ ਉੱਪਰ ਆਪਣੀ ਕਿਰਪਾ ਕਰਕੇ ਆਪਣੀ ਸਹਾਇਤਾ ਰੂਪ ਉਹਦੇ ਨਾਲ ਹਮੇਸ਼ਾ ਉਹਦੇ ਕਾਰਜ ਸਿੱਧ ਕਰਦਾ ਹੈ। ਪਰਮੰਗ ਪ੍ਰਵੀਨੰਗ ਜਿਹੜਾ ਸਭ ਤੋਂ ਉੱਤਮ ਹੈ ਅਤੇ ਸਭ ਦੇ ਮਨਾਂ ਦੀਆਂ ਜਾਣਦਾ ਹੈ, ਪ੍ਰਵੀਨ ਰੂਪ ਉਹ ਪਰਮਾਤਮਾ ਉਹ ਵਾਹਿਗੁਰੂ ਉਹ ਨਿਰੰਕਾਰ, ਉਸ ਨੂੰ ਸਤਿਗੁਰੂ ਜੀ ਸੰਬੋਧਨ ਹੋ ਰਹੇ ਹਨ।
ਸੋ ਭੂਤੰ ਭਵਿੱਖਿਅੰ ਭਵਾਨੰ ਭਵੇਯੰ ਨਮੋ ਨਿਰਵਿਕਾਰੰ ਨਮੋ ਨਿਰਜੁਰੇਯੰ ਨਮੋ ਦੇਵ ਦੇਵੰ ਨਮੋ ਰਾਜ ਰਾਜੰ ਨਿਰਾਲੰਬ ਨ੍ਰਿਤਯੰ ਸੁਰਾਜਾਤਿ ਰਾਜੰ। ਸੋ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਜਿਹੜਾ ਭੂਤ ਭਵਿੱਖ ਅਤੇ ਵਰਤਮਾਨ ਕਾਲ ਦੇ ਵਿੱਚ ਮੌਜੂਦ ਹੈ, ਵਿਕਾਰਾਂ ਤੋਂ ਰਹਿਤ ਹੈ, ਉਸ ਪਰਮਾਤਮਾ ਉਸ ਵਾਹਿਗੁਰੂ ਨੂੰ ਸਦਾ ਸਦਾ ਨਮਸਕਾਰ ਹੈ। ਸੁਭੂਤੰ ਭਵਿੱਖਿਅੰ ਭਵਾਨੰ ਭਵੇਯੰ ਨਮੋ ਨਿਰਵਿਕਾਰ ਨਮੋ ਨਿਰਜੁਰੇਯੰ। ਅਤੇ ਜਿਹੜਾ ਨਿੱਤ ਨਵਾਂ ਪਰਮਾਤਮਾ ਹੈ ਉਸਨੂੰ ਵਾਰੰਵਾਰ ਉਹ ਪ੍ਰਣਾਮ ਹੈ। ਨਮੋ ਦੇਵ ਦੇਵੰ ਨਮੋ ਰਾਜ ਰਾਜੰ, ਜਿਹੜਾ ਦੇਵਤਿਆਂ ਦਾ ਵੀ ਦੇਵਤਾ ਹੈ, ਰਾਜਿਆਂ ਦਾ ਵੀ ਰਾਜਾ ਹੈ, ਮਹਾਰਾਜਿਆਂ ਦਾ ਵੀ ਮਹਾਰਾਜਾ ਹੈ, ਨਮੋ ਨਮਸਕਾਰ ਹੈ ਉਸ ਪਰਮਾਤਮਾ ਨੂੰ। ਨਿਰਾਲੰਬ ਨ੍ਰਿਤਯੰ ਸੁਰਾਜਾ ਤਿਰਾਰੰ, ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ, ਉਹ ਵਾਹਿਗੁਰੂ ਤੈਨੂੰ ਨਮਸਕਾਰ ਹੈ, ਜਿਹੜਾ ਰਾਜਿਆਂ ਦਾ ਵੀ ਰਾਜਾ ਹੈ, ਮਹਾਰਾਜਿਆਂ ਦਾ ਵੀ ਮਹਾਰਾਜਾ ਹੈ। ਸੁਰਾਜਾ ਤਿਰਾਜੰ, ਜਿਹੜਾ ਰਾਜਿਆਂ ਦਾ ਵੀ ਮਹਾਰਾਜਾ ਸਰੂਪ ਹੈ, ਭਾਵ ਜਿਹਨੇ ਰਾਜਿਆਂ ਨੂੰ ਇੰਨੀ ਕੁ ਬਲ ਬੁੱਧੀ ਦਿੱਤੀ ਹੋਈ ਹੈ, ਸ਼ਕਤੀ ਦਿੱਤੀ, ਤਾਕਤ ਦਿੱਤੀ ਹੈ, ਜਿਹੜਾ ਉਹਨਾਂ ਦਾ ਵੀ ਅਪਰੰਪਰ ਸਵਾਮੀ ਹੈ, ਉਸਨੂੰ ਨਮਸਕਾਰ ਹੈ। ਅਲੇਖੰ ਅਭੇਖੰ ਅਭੂਤੰ ਅਦਵੈਖੰ ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ ਮਹਾਦੇਵ ਦੇਵ ਮਹਾਯੋਗ ਯੋਗੰ ਮਹਾਕਾਮ ਕਾਮੰ ਮਹਾਭੋਗ ਭੋਗੰ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਿਰਪਾ ਕਰ ਰਹੇ ਨੇ ਕਿ ਜਿਹੜਾ ਲੇਖੇ ਤੋਂ ਬਾਹਰ ਹੈ, ਜਿਸ ਨੂੰ ਲਿਖਿਆ ਨਹੀਂ ਜਾ ਸਕਦਾ, ਗਿਣਿਆ ਮਿਣਿਆ ਨਹੀਂ ਜਾ ਸਕਦਾ, ਜਿਸਦਾ ਲੇਖਾ ਨਹੀਂ ਕੀਤਾ ਜਾ ਸਕਦਾ ਕਿ ਉਹ ਚੰਗਾ ਕਰਮ ਕਰਦਾ ਹੈ ਜਾਂ ਉਹ ਮਾੜਾ ਕਰਮ ਕਰਦਾ ਹੈ। ਲੇਖੇ ਕਦੇ ਨਾ ਛੁੱਟੀਏ ਹਮ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰਾ ਬਖਸ਼ ਲੈ ਨਾਨਕ ਪਾਰ ਉਤਾਰ। ਜੇਕਰ ਸਾਡਾ ਲੇਖਾ ਕੀਤਾ ਜਾਵੇ ਤਾਂ ਸਾਡੇ ਪਾਪ ਬਹੁਤੇ ਨੇ, ਸਾਡੀਆਂ ਗਲਤੀਆਂ ਬਹੁਤੀਆਂ ਨੇ, ਅਤੇ ਲੇਖੇ ਦੇ ਹਿਸਾਬ ਕਿਤਾਬ ਦੇ ਵਿੱਚ ਫਿਰ ਕਦੇ ਅਸੀਂ ਪਾਸ ਨਹੀਂ ਹੋ ਸਕਦੇ, ਗੁਰਬਾਣੀ ਦਾ ਫਰਮਾਨ ਹੈ। ਅਤੇ ਸਤਿਗੁਰੂ ਜੀ ਫਿਰ ਇੱਥੇ ਉਸੇ ਹੀ ਲੇਖੇ ਦੀ ਗੱਲ ਕਰ ਰਹੇ ਨੇ ਕਿ ਜਿਸ ਨੂੰ ਲੇਖੇ ਦੇ ਵਿੱਚ ਨਹੀਂ ਲਿਖਿਆ ਜਾ ਸਕਦਾ, ਜਿਹਦਾ ਲੇਖਾ ਜੋਖਾ ਨਹੀਂ ਕੀਤਾ ਜਾ ਸਕਦਾ, ਉਹ ਹਮੇਸ਼ਾ ਕਿਰਪਾ ਕਰਦਾ ਸੀ ਅਤੇ ਉਹ ਕਿਰਪਾ ਵਾਹਿਗੁਰੂ ਕਰਦਾ ਰਹੇਗਾ। ਅਤੇ ਸਭ ਤੋਂ ਭੌਤਿਕਤਾ ਤੋਂ ਉੱਚਾ ਹੈ ਉਹ ਵਾਹਿਗੁਰੂ ਨਿਰੰਕਾਰ ਦਾ ਰੁਤਬਾ, ਭੇਖ ਤੋਂ ਰਹਿਤ ਹੈ, ਜਿਹੜਾ ਕੋਈ ਵੀ ਭੇਖ ਨਹੀਂ, ਸਭ ਦੇ ਵਿੱਚ ਮੌਜੂਦ ਹੈ ਅਤੇ ਕੋਈ ਖਾਸ ਰੂਪ ਉਸ ਵਾਹਿਗੁਰੂ ਦਾ ਨਹੀਂ। ਨਾ ਰਾਗ ਹੈ, ਨਾ ਰੰਗ ਹੈ, ਨਾ ਰੂਪ ਹੈ, ਨਾ ਰੇਖ ਹੈ, ਨਾ ਰਾਗਾਂ ਦੇ ਵਿੱਚ ਗਾਇਆ ਜਾ ਸਕਦਾ ਹੈ, ਨਾ ਰੇਖਾਵਾਂ 'ਚ ਉਹਨੂੰ ਬੰਨਿਆ ਜਾ ਸਕਦਾ ਹੈ, ਨਾ ਰੂਪਾਂ 'ਚ ਅਸੀਂ ਉਹਦੀ ਗਿਣਤੀ ਕਰ ਸਕਦੇ ਹਾਂ। ਇਹਨਾਂ ਸ਼ਬਦਾਂ ਦੀ ਵਾਰੰਵਾਰ ਮੇਰੇ ਸਤਿਗੁਰੂ ਜੀ ਉਹ ਵਰਤੋਂ ਕਰਦੇ ਆ ਰਹੇ ਨੇ, ਪਹਿਲਾਂ ਤੋਂ ਸੰਗਤ ਜੀ ਆਪਾਂ ਸਰਵਣ ਕਰਦੇ ਆ ਰਹੇ ਹਾਂ। ਅਤੇ ਸਤਿਗੁਰੂ ਜੀ ਅੱਗੇ ਕਿਰਪਾ ਕਰ ਰਹੇ ਨੇ, ਮਹਾਦੇਵ ਦੇਵੰ ਮਹਾਦੇਵ ਦੇਵੰ ਮਹਾਯੋਗ ਯੋਗੰ ਮਹਾਕਾਮ ਕਾਮੰ ਮਹਾਭੋਗ ਭੋਗੰ। ਜਿਹੜਾ ਦੇਵਤਿਆਂ ਦਾ ਵੀ ਦੇਵਤਾ ਹੈ, ਦੇਵਾਂ ਦਾ ਵੀ ਮਹਾਦੇਵ ਹੈ, ਯੋਗ ਯੋਗੰ ਜਿਹੜਾ ਯੋਗੀਆਂ ਦਾ ਵੀ ਮਹਾਯੋਗੀ ਹੈ, ਜਿਹੜੇ ਯੋਗੀ ਆਪਣੇ ਸਵਾਸ ਚੜ੍ਹਾ ਲੈਂਦੇ ਨੇ, ਯੋਗ ਸਾਧਨਾ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਦੇ ਨੇ, ਉਹਨਾਂ ਯੋਗੀਆਂ ਨੂੰ ਇਹ ਯੋਗ ਦੀ ਸਾਧਨਾ ਦੇਣ ਵਾਲਾ, ਕਿਰਪਾ ਕਰਨ ਵਾਲਾ, ਤਾਕਤ ਬਲ ਬਖਸ਼ਿਸ਼ ਕਰਨ ਵਾਲਾ ਉਹ ਵਾਹਿਗੁਰੂ ਨਿਰੰਕਾਰ ਉਹ ਆਪ ਹੈ, ਜਿਹੜਾ ਯੋਗੀਆਂ ਦਾ ਵੀ ਮਹਾਯੋਗੀ ਹੈ। ਮਹਾਕਾਮ ਕਾਮੰ ਮਹਾਭੋਗ ਭੋਗੰ, ਜਿਹੜਾ ਕਾਮ ਦਾ ਵੀ ਮਹਾਕਾਮ ਰੂਪ ਹੈ ਅਤੇ ਕਾਮਨਾਵਾਂ ਨੂੰ ਪੂਰਨ ਕਰਨ ਵਾਲਾ ਹੈ, ਕਾਮਨਾਵਾਂ 'ਚ ਵੱਧਾ ਹੋਇਆ ਨਹੀਂ, ਜਿਸ ਦੀ ਜਿਹੋ ਜਿਹੀ ਇੱਛਾ ਹੁੰਦੀ ਹੈ, ਅਰਦਾਸ ਬੇਨਤੀ ਜਿਹੋ ਜਿਹੀ ਕੋਈ ਕਰਦਾ, ਉਹ ਪਰਮਾਤਮਾ ਦੇ ਪਾਸ ਤਾਕਤ ਬਲ ਹੈ ਕਿ ਉਹਨੂੰ ਉਹਦੀ ਇੱਛਾ ਦੇ ਅਨੁਸਾਰ ਫਲ ਦੇਣ ਦੀ ਤਾਕਤ ਉਹ ਵਾਹਿਗੁਰੂ ਰੱਖਦਾ ਹੈ। ਮਹਾਭੋਗ ਭੋਗੰ, ਅਤੇ ਭੋਗਾਂ ਦਾ ਵੀ ਮਹਾਭੋਗ ਰੂਪ ਹੈ ਉਹ ਵਾਹਿਗੁਰੂ, ਉਹ ਨਿਰੰਕਾਰ, ਉਸਨੂੰ ਸੰਬੋਧਨ ਹੋ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੀ ਵਡਿਆਈ ਕਰ ਰਹੇ ਹਨ। ਕਹੂ ਰਾਜ ਸੰਤਾਮ ਸੰਸਾਤ ਕੇਅੰ ਕਹੂ ਨਾਰ ਕੋ ਰੂਪ ਧਾਰੇ ਨਰੇਅੰ ਕਹੂ ਦੇਵੀਅੰ ਦੇਵ ਤੰਗ ਦੇਈ ਅਤ ਰੂਪੰ ਕਹੂ ਰੂਪ ਅਨੇਕੰ ਧਾਰੇ ਅਨੂਪੰ। ਅਤੇ ਸਤਿਗੁਰੂ ਕਿਰਪਾ ਕਰ ਰਹੇ ਨੇ, ਕਹੂ ਰਾਜ ਸੰਗਤਾਮ ਸੰਗਸਾਤ ਕੇਅੰ, ਜਿਹੜਾ ਰਜੋ ਗੁਣ ਸਤੋ ਗੁਣ ਤਮੋ ਗੁਣ
ਇਹਨਾਂ ਤਿੰਨਾਂ ਗੁਣਾਂ ਦਾ ਮਾਲਕ ਸਵਾਮੀ ਹੈ। ਅਤੇ ਜਦੋਂ ਸੰਗਤ ਜੀ ਰੰਗ ਚੜ੍ਹਨ ਲੱਗ ਪੈਂਦਾ ਹੈ, ਹੌਲੀ ਹੌਲੀ ਸਤਿਗੁਰੂ ਦੇ ਸ਼ਬਦ ਦੀ ਸਮਝ ਆਉਣ ਲੱਗ ਪੈਂਦੀ ਹੈ, ਅਤੇ ਫਿਰ ਰਜੋ ਗੁਣ, ਸਤੋ ਗੁਣ, ਤਮੋ ਗੁਣ, ਇਹ ਵੀ ਇੱਕ ਅਵਸਥਾ ਹੁੰਦੀ ਹੈ, ਇੱਕ ਪੜਾਅ ਹੁੰਦਾ ਹੈ ਜਦੋਂ ਆਪ ਜੀ ਨੂੰ ਸੋਝੀ ਆਉਣ ਲੱਗ ਪੈਂਦੀ ਹੈ, ਅਤੇ ਫਿਰ ਸਤਿਗੁਰੂ ਉਹਦੇ ਰੂਪਾਂ ਦਾ, ਉਹਦੇ ਰੰਗਾਂ ਦਾ, ਉਹਦੇ ਢੰਗਾਂ ਦਾ, ਉਹਦੇ ਆਕਾਰਾਂ ਦਾ, ਉਹਦੀ ਕਿਰਪਾ ਦਾ, ਉਹਦੀ ਦਿਆਲਤਾ ਦਾ ਉਹ ਫਿਰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਅਤੇ ਰਜੋ ਗੁਣ, ਸਤੋ ਗੁਣ, ਤਮੋ ਗੁਣ, ਇਹਨਾਂ ਦੇ ਵਿੱਚ ਪਰਮਾਤਮਾ ਕਿਵੇਂ ਵਿਚਰਦਾ ਹੈ, ਇਹ ਫਿਰ ਇੱਕ ਉੱਪਰਲੇ ਦੂਸਰੇ ਲੈਵਲ ਦੀ ਗੱਲ ਹੈ। ਪਰ ਇੱਥੇ ਸਾਡੇ ਵਾਸਤੇ ਇੰਨਾ ਹੀ ਸਮਝ ਲੈਣਾ ਜ਼ਰੂਰੀ ਹੈ ਕਿ ਉਹ ਹਰ ਗੁਣ ਦੇ ਵਿੱਚ ਉਹ ਮੌਜੂਦ ਹੈ। ਕਹੋ ਨਾਰ ਕੋ ਰੂਪ ਧਾਰੇ ਨਰੇਅੰ, ਅਤੇ ਉਹ ਨਿਰੰਕਾਰ ਰੂਪ ਨਾਰ ਦਾ ਵੀ ਰੂਪ ਧਾਰ ਕਰ ਲੈਂਦਾ। ਨਰੇਅੰ ਕਿਹਾ ਜਾਂਦਾ ਹੈ ਜਿਵੇਂ ਵਿਸ਼ਨੂੰ ਭਗਵਾਨ ਕਦੇ ਕੋਈ ਲੀਲਾ ਕਰਦਾ ਸੀ, ਕਦੇ ਕੋਈ ਲੀਲਾ ਕਰਦਾ ਸੀ, ਸੋ ਉਹ ਹੈ ਤਾਂ ਉਹ ਪਰਮਾਤਮਾ ਦੇ ਭਾਣੇ 'ਚ ਹੀ ਸੀ ਨਾ। ਜੇਕਰ ਦੇਵੀ ਦੇਵਤਿਆਂ ਦੀ ਗੱਲ ਕਰ ਲਈ ਜਾਵੇ ਜਿਨ੍ਹਾਂ ਨੂੰ ਇਹ ਦੂਸਰੇ ਮਤਾਂ ਦੇ ਲੋਕ ਮੰਨਦੇ ਨੇ, ਅਤੇ ਸਤਿਗੁਰੂ ਜੀ ਇੱਥੇ ਇਸ਼ਾਰਾ ਕਰਦੇ ਨੇ ਭਾਈ ਉਹਨਾਂ ਨੂੰ ਪੈਦਾ ਕਿਹਨੇ ਕੀਤਾ ਫਿਰ? ਜੇ ਉਹ ਦੇਵੀ ਦੇਵਤੇ ਮੰਨ ਲਈਏ, ਦਾਨਵ ਦੇਵ ਮੰਨ ਲਈਏ, ਅਤੇ ਫਿਰ ਉਹਨਾਂ ਨੂੰ ਇਹ ਤਾਕਤ ਬਲ ਮਿਲੀ ਕਿੱਥੋਂ? ਉਹਨਾਂ ਨੂੰ ਪੈਦਾ ਕਰਨ ਵਾਲਾ ਕੌਣ ਸੀ? ਅਤੇ ਫਿਰ ਉਹ ਗਏ ਕਿੱਥੇ? ਉਹ ਪਰਮਾਤਮਾ ਦੇ ਹੱਥੀ ਡੋਰ ਹੋਈ ਨਾ ਸਭ ਦੀ। ਅਤੇ ਫਿਰ ਇੱਥੇ ਸਤਿਗੁਰੂ ਜੀ ਉਸ ਨਿਰੰਕਾਰ ਦੇ ਨਾਲ ਜੋੜਨ ਦੀ ਗੱਲ ਕਰ ਰਹੇ ਨੇ ਕਿ ਜਿਹੜਾ ਨਰੇਅੰ ਉਸ ਵਿਸ਼ਨੂੰ ਭਗਵਾਨ ਨੂੰ ਵੀ ਤਾਕਤ ਦਿੰਦਾ ਹੈ ਕਿ ਜਿਹੜਾ ਨਾਰੀ ਦਾ ਵੀ ਰੂਪ ਧਾਰਨ ਕਰ ਸਕਦਾ ਸੀ, ਕੋਈ ਵੀ ਰੂਪ ਬਦਲ ਸਕਦਾ ਸੀ। ਉਸ ਵਾਹਿਗੁਰੂ ਉਸ ਨਿਰੰਕਾਰ ਦੀ ਗੱਲ ਇੱਥੇ ਹੋ ਰਹੀ ਹੈ। ਕਹੂੰ ਦੇਵ ਅੰਗ ਦੇਵ ਤੰਗ ਦੇਇਤ ਰੂਪੰ, ਸਤਿਗੁਰੂ ਸੱਚੇ ਪਾਤਸ਼ਾਹ ਕਰ ਰਹੇ ਨੇ ਕਹੂੰ ਦੇਵੀ ਅੰਗ ਦੇਵ ਤੰਗ ਦੇਇਤ ਰੂਪੰ। ਦੇਵੀ ਅੰਗ ਕਦੇ ਦੇਵੀ ਬਣ ਜਾਂਦਾ ਹੈ, ਕਦੇ ਦੇਵਤਾ ਬਣ ਜਾਂਦਾ ਹੈ, ਕਦੇ ਦੈਤ ਬਣ ਜਾਂਦਾ ਹੈ, ਕੋਈ ਵੀ ਰੂਪ ਧਾਰਨ ਕਰ ਲੈਂਦਾ ਹੈ। ਉਸ ਪਰਮਾਤਮਾ ਦੀ ਜ਼ਿਕਰ ਕਰ ਰਹੇ ਹਨ। ਕਹੂੰ ਰੂਪ ਰੂਪੰ ਅਨੇਕ ਧਾਰੇ ਅਨੂਪੰ, ਕਿ ਕਦੇ ਕੋਈ ਰੂਪ ਧਾਰਨ ਕਰ ਲੈਂਦਾ ਹੈ, ਕਦੇ ਕੋਈ ਰੂਪ ਧਾਰਨ ਕਰ ਲੈਂਦਾ ਹੈ। ਕਹੂੰ ਰੂਪੰ ਅਨੇਕ ਧਾਰੇ ਅਨੂਪੰ, ਕਿ ਅਨੇਕਾਂ ਹੀ ਰੂਪ ਧਾਰਨ ਕਰ ਲੈਂਦਾ ਹੈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਕਦੇ ਕਿਸੇ ਜਗ੍ਹਾ 'ਤੇ, ਕਦੇ ਕਿਸੇ ਜਗ੍ਹਾ 'ਤੇ, ਕਦੇ ਕਿਸੇ ਰੂਪ 'ਚ, ਕਦੇ ਕਿਸੇ ਰੂਪ 'ਚ। ਉਸ ਪਰਮਾਤਮਾ, ਉਸ ਵਾਹਿਗੁਰੂ ਨੂੰ ਸਤਿਗੁਰੂ ਸੰਬੋਧਨ ਹੋ ਰਹੇ ਨੇ। ਕਹੂੰ ਫੂਲ ਹੋਏ ਕੈ ਭਲੇ ਰਾਜ ਫੂਲੇ, ਕਹੂੰ ਭਵਰ ਹੋਏ ਕੈ ਭਲੀ ਭਾਤ ਭੂਲੇ, ਕਹੂੰ ਪਵਨ ਹੋਏ ਕੈ ਬਹੇ ਬੇਗ ਐਸੇ, ਕਹੇ ਮੋਹ ਨਾ ਆਵੇ ਕਹੂੰ ਤਾਹੇ ਕੈਸੇ। ਕਹੂੰ ਫੂਲ ਹੋਏ ਕੈ ਭਲੇ ਰਾਜ ਫੂਲੇ, ਕਿ ਕਦੇ ਫੁੱਲ ਬਣ ਕੇ ਸੁਗੰਧੀ ਬਣਦਾ ਹੋਇਆ, ਟਾਹਣੀਆਂ 'ਤੇ ਖਿੜਿਆ ਹੋਇਆ ਹੈ, ਮਹਿਸੂਸ ਹੁੰਦਾ ਹੈ ਉਸ ਪਰਮਾਤਮਾ ਦੀ ਕੁਦਰਤ ਦਾ ਨਜ਼ਾਰਾ। ਕਹੂੰ ਭਵਰ ਹੋਏ ਕੈ ਭਲੀ ਭਾਤ ਭੂਲੇ, ਅਤੇ ਕਿਤੇ ਭਵਰਾ ਹੋ ਕੇ ਉਸ ਫੁੱਲ ਦੀ ਸੁਗੰਧੀ 'ਚ, ਉਸ ਫੁੱਲ ਦੇ ਰਸਤ 'ਚ ਇੰਨਾ ਕੁ ਮਸਤ ਹੋ ਜਾਂਦਾ ਹੈ ਕਿ ਆਪਣੀ ਸੋਧ ਬੁੱਧ ਗਵਾ ਦਿੰਦਾ ਹੈ, ਉਸ ਫੁੱਲ ਦੇ ਨਾਲ ਹੀ ਜੁੜਿਆ ਰਹਿੰਦਾ ਹੈ। ਅਤੇ ਜਦੋਂ ਸ਼ਾਮ ਨੂੰ ਉਹ ਫੁੱਲ ਇਕੱਠਾ ਹੋ ਜਾਂਦਾ, ਜਿਵੇਂ ਸਵੇਰੇ ਫੁੱਲ ਖਿੜਦਾ ਹੈ ਅਤੇ ਸ਼ਾਮ ਨੂੰ ਫੁੱਲ ਬੰਦ ਹੋ ਜਾਂਦਾ ਹੈ, ਅਤੇ ਉਹ ਭਵਰਾ ਹੋ ਕੇ ਇੰਨਾ ਕੁ ਮਸਤ ਹੋ ਜਾਂਦਾ ਹੈ ਉਸ ਫੁੱਲ ਦੀ ਸੁਗੰਧੀ 'ਚ, ਕਿ ਆਪਣੇ ਆਪ ਨੂੰ ਵੀ ਕੁਰਬਾਨ ਕਰ ਦਿੰਦਾ ਹੈ, ਆਪਣੀ ਜਾਨ ਵੀ ਗਵਾ ਲੈਂਦਾ ਹੈ। ਕਿਤੇ ਫੁੱਲ ਬਣ ਕੇ ਖਿੜਿਆ ਹੋਇਆ ਅਤੇ ਕਿਤੇ ਭਵਰਾ ਬਣ ਕੇ ਉਸੇ ਫੁੱਲ ਦੀ ਸੁਗੰਧੀ, ਉਹਦੀ ਮਹਿਕ, ਉਹਦਾ ਆਨੰਦ ਉਹ ਲੈ ਰਿਹਾ ਹੈ। ਕਹੂੰ ਪਵਨ ਹੋਏ ਕਹਿ ਬਹੇ ਬੇਗ ਐਸੇ, ਕਹੇ ਮੋਨਾ ਆਵੇ ਕਥੋ ਤਾਹੇ ਕੈਸੇ। ਕਹੂੰ ਪਵਨ ਹੋਏ ਕਹਿ ਬਹੇ ਬੇਗ ਐਸੇ, ਅਤੇ ਕਿਤੇ ਹਵਾ ਬਣ ਕੇ ਰੁਮਕ ਰਿਹਾ ਹੈ, ਹਵਾ ਬਣ ਕੇ ਬਹਿ ਰਿਹਾ ਹੈ। ਕਹੇ ਮੋਨਾ ਆਵੇ ਕਥੋਂ ਤਾਹੇ ਕੈਸੇ, ਕਿ ਜਿਹੜਾ ਕਿਹਾ ਨਹੀਂ ਜਾ ਸਕਦਾ, ਕਥਾ ਨਹੀਂ ਕੀਤੀ ਜਾ ਸਕਦੀ, ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ ਉਸਦਾ ਸਰੂਪ, ਉਸ ਵਾਹਿਗੁਰੂ ਉਸ ਨਿਰੰਕਾਰ ਨੂੰ ਮੇਰੇ ਸਤਿਗੁਰੂ ਸੰਬੋਧਨ ਹੋ ਰਹੇ ਹਨ। ਕਹੂੰ ਨਾਦ ਹੋਏ ਕਹਿ ਭਲੀ ਭਾਤ ਬਾਜੇ, ਕਹੂੰ ਪਾਰ ਦੀ ਹੋਏ ਧਰੇ ਬਾਨ ਰਾਜੇ, ਕਹੂੰ ਮ੍ਰਿਗ ਹੋਏ ਕਹਿ ਭਲੀ ਭਾਤ ਮੋਹੇ, ਕਹੂੰ ਝਾਮ ਕੀ ਕਹੋ ਕਹੂੰ ਕਾਮ ਕੀ ਜੋ ਧਰੇ ਰੂਪ ਸੋਹੇ, ਨਹੀਂ ਜਾਨ ਜਾਈ ਕਛੂ ਰੂਪ ਰੇਖੰ, ਕਹਾ ਬਾਸ ਤਾਕੋ ਫਿਰੇ ਕੌਣ ਭੇਖੰ, ਕਹਾ ਨਾਮ ਤਾਕੋ ਕਹਾ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋਹ ਨ ਆਵੇ। ਅਤੇ ਸਤਿਗੁਰੂ ਜੀ ਅੱਗੇ ਕਿਰਪਾ ਕਰ ਰਹੇ ਨੇ
ਕਹੋਂ ਨਾਦ ਹੋਏ ਕਹਿ ਭਲੀ ਭਾਤ ਬਾਜੇ, ਅਤੇ ਕਿਤੇ ਨਾਦ ਬਣ ਕੇ ਘੰਟਾ ਹੀੜੇ ਦਾ ਨਾਦ ਬਣ ਕੇ ਵੱਜ ਰਿਹਾ ਹੈ, ਆਪਣੀ ਧੁਨੀ ਪੈਦਾ ਕਰ ਰਿਹਾ ਹੈ। ਕਹੂੰ ਪਰ ਦੀ ਹੋਏ ਧਰੇ ਬਾਣ ਰਾਜੇ, ਅਤੇ ਕਿਤੇ ਪਰ ਦੀ ਬਣ ਕੇ ਜਿਹੜਾ ਹੈ ਧਨੁਰ ਦੇ ਉੱਪਰ ਬਾਣ ਬਣ ਕੇ, ਤੀਰ ਕਮਾਨ ਦੇ ਉੱਪਰ ਤੀਰ ਬਣ ਕੇ ਸਜਿਆ ਹੋਇਆ, ਸ਼ਿਕਾਰੀ ਬਣਿਆ ਹੋਇਆ। ਕਹੂੰ ਮ੍ਰਿਗ ਹੋਏ ਕਹਿ ਭਲੀ ਭਾਤ ਮੋਹੇ, ਅਤੇ ਕਿਤੇ ਮ੍ਰਿਗ ਹੋ ਕੇ ਜਿਹੜਾ ਹੈ ਉਸ ਘੰਟਾ ਹੇੜੇ ਦੇ ਨਾਲ 'ਤੇ ਮਸਤ ਹੋ ਰਿਹਾ ਹੈ। ਮ੍ਰਿਗ ਕਿਹਾ ਜਾਂਦਾ ਹੈ ਹਿਰਨ ਨੂੰ ਸੰਗਤ ਜੀ। ਕਹੂ ਕਾਮ ਕੀ ਜੋ ਧਰੇ ਰੂਪ ਸੋਹੇ, ਅਤੇ ਕਿਤੇ ਕਾਮ ਦੀ ਵੀ ਜਿਹੜੀ ਪਤਨੀ ਸਰੂਪ ਕਾਮ ਕੀ ਹੈ ਉਸਦਾ ਰੂਪ ਧਾਰ ਕੇ ਜਿਹੜਾ ਹੈ ਉਹ ਸਜ ਰਿਹਾ ਹੈ, ਉਹ ਸੋ ਰਿਹਾ ਹੈ, ਜਿਹੜੀ ਕਾਮ ਦੀ ਭਾਵਨਾ ਹੁੰਦੀ ਹੈ। ਸੋ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਇੱਥੇ ਉਸ ਵਾਹਿਗੁਰੂ ਨਿਰੰਕਾਰ ਦੇ ਰੂਪਾਂ ਦੀ ਗੱਲ ਹੋ ਰਹੀ ਹੈ। ਅਤੇ ਜਦੋਂ ਸੰਗਤ ਜੀ ਕਾਮ ਦੀ ਜਾਂ ਕਾਮਨਾ ਦੀ ਗੱਲ ਆਉਂਦੀ ਹੈ ਤਾਂ ਫਿਰ ਅਸੀਂ ਕਹਿ ਦਿੰਦੇ ਹਾਂ ਜੀ ਅਸ਼ਲੀਲ ਸ਼ਬਦ ਆ ਗਏ, ਅਤੇ ਸਤਿਗੁਰ ਨੇ ਸ਼ਬਦ ਕਿਵੇਂ ਵਰਤ ਲਏ। ਅਤੇ ਜੇਕਰ ਸੰਗਤ ਜੀ ਸਤਿਗੁਰ ਜੀ ਨੇ ਸ਼ਬਦ ਵਰਤੇ ਨਹੀਂ, ਤਾਂ ਆਪ ਆਪਣੇ ਜੀਵਨ 'ਚ ਆਪਾਂ ਨਿਗਾਹ ਮਾਰ ਕੇ ਦੇਖੀਏ ਕਿ ਜਦੋਂ ਘਰ ਦੇ ਅੰਦਰ ਔਲਾਦ ਪੈਦਾ ਨਹੀਂ ਹੁੰਦੀ ਤਾਂ ਕਿੱਥੇ ਕਿੱਥੇ ਨੱਕ ਰਗੜਦੇ ਹਾਂ, ਕਿੱਥੇ ਕਿੱਥੇ ਮੱਥੇ ਟੇਕਦੇ ਹਾਂ। ਉਸੇ ਵਾਹਿਗੁਰੂ ਨਿਰੰਕਾਰ ਦੇ ਅੱਗੇ ਜਾ ਕੇ ਝੋਲੀਆਂ ਅੜਦੇ ਹਾਂ ਕਿ ਸਤਿਗੁਰੂ ਕਿਰਪਾ ਕਰੋ, ਔਲਾਦ ਦੀ ਦਾਤ, ਬੱਚੇ ਦੀ ਦਾਤ ਬਖਸ਼ਿਸ਼ ਕਰੋ। ਅਤੇ ਜੇ ਕਾਮ ਦਾ ਵਿਸ਼ਾ ਐਡਾ ਹੀ ਮਾੜਾ ਹੈ, ਕਾਮ ਦੀ ਬਿਰਤੀ ਐਡੀ ਮਾੜੀ ਹੈ, ਤਾਂ ਫਿਰ ਕਿਉਂ ਨੱਕ ਰਗੜਦੇ ਫਿਰਦੇ ਹਾਂ, ਕਿਉਂ ਸਾਇੰਸ ਦਾ ਸਹਾਰਾ ਲੈ ਕੇ ਜੀਵਨ ਅੱਗੇ ਤੋਰਨਾ ਚਾਹੁੰਦੇ ਹਾਂ। ਜਿਵੇਂ ਸਰੀਰ ਦੇ ਅੰਦਰ ਕ੍ਰੋਧ ਹੈ, ਲੋਭ ਹੈ, ਹੋਰ ਐਸੇ ਸਤਿਗੁਰ ਨੇ ਗੁਣ ਭਰੇ ਨਹੀਂ, ਸੋ ਕਾਮ ਵੀ ਇੱਕ ਐਸਾ ਗੁਣ ਹੈ ਜਿਹੜਾ ਮਨੁੱਖਤਾ ਨੂੰ ਅੱਗੇ ਚੱਲਣ ਵਾਸਤੇ ਉਹ ਜ਼ਰੂਰੀ ਹੈ। ਪਰ ਆਪਣੇ ਕਾਬੂ ਤੋਂ ਬਾਹਰ ਹੋਇਆ, ਭਾਂਡੇ ਤੋਂ ਬਾਹਰ ਹੋਈ ਚੀਜ਼ ਉਹ ਖਰਾਬ ਕਰਦੀ ਹੈ। ਜਿਹੜੀ ਹੁਕਮ ਦੇ ਵਿੱਚ, ਭਾਣੇ ਦੇ ਵਿੱਚ, ਇੱਕ ਮਰਿਆਦਾ ਦੇ ਵਿੱਚ ਰਹੇ, ਉਹ ਚੀਜ਼ ਜਿਹੜੀ ਹੈ ਕਦੇ ਵੀ ਨੁਕਸਾਨ ਉਹ ਨਹੀਂ ਕਰਦੀ। ਸੋ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਰਫ ਉਸ ਦਾ ਜ਼ਿਕਰ ਕਰ ਰਹੇ ਨੇ ਕਿ ਜਿੱਥੇ ਖੁਸ਼ੀਆਂ 'ਚ ਹੈ, ਗਮੀਆਂ 'ਚ ਹੈ, ਰੋਗਾਂ 'ਚ ਹੈ, ਸੋਗਾਂ 'ਚ ਹੈ, ਭੋਗਾਂ 'ਚ ਹੈ, ਉੱਥੇ ਕਾਮਕ ਬਿਰਤੀ ਦੇ ਵਿੱਚ ਵੀ ਉਹ ਪਰਮਾਤਮਾ ਮੌਜੂਦ ਹੈ। ਪਰ ਜ਼ਿਕਰ ਇੰਨਾ ਹੈ ਕਿ ਉਹਦੇ ਹੁਕਮ ਦੇ ਅੰਦਰ, ਉਹਦੇ ਭਾਣੇ ਦੇ ਅੰਦਰ ਰਹਿਣਾ ਹੈ, ਕਿਸੇ ਵੀ ਬਿਰਤੀ ਦੇ ਗੁਲਾਮ ਨਹੀਂ ਹੋਣਾ। ਇਹਨਾਂ ਬਿਰਤੀਆਂ ਨੂੰ ਪੈਦਾ ਕਰਨ ਵਾਲੇ ਉਸ ਪਰਮੇਸ਼ਰ ਦੀ ਗੱਲ ਹੋ ਰਹੀ ਹੈ। ਸੋ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਕਹੂੰ ਮ੍ਰਿਗ ਹੋਏ ਕਹਿ ਭਲੀ ਭਾਤ ਮੋਹੈ, ਕਹੂ ਕਾਮ ਕੀ ਜੋ ਧਰੇ ਰੂਪ ਸੋਹੈ, ਨਹੀਂ ਜਾਣ ਜਾਈ ਕਛੂ ਰੂਪ ਰੇਖੰ, ਕਹਾਂ ਬਾਸ ਤਾਕੋ ਫਿਰੇ ਕੌਣ ਭੇਖੰ। ਨਹੀਂ ਜਾਣ ਜਾਈ ਕਛੂ ਰੂਪ ਰੇਖੰ, ਕਿ ਇਹ ਜਾਣ ਨਹੀਂ ਸਕਦੇ ਕਿ ਉਹਦਾ ਰੂਪ ਕਿਹੋ ਜਿਹਾ ਹੈ, ਉਹਦੀਆਂ ਕਿਹੜੀਆਂ ਰੇਖਾਵਾਂ 'ਚ ਬੰਨ੍ਹਾ ਹੋਇਆ ਹੈ, ਉਹ ਪਰਮਾਤਮਾ ਕਿਹੋ ਜਿਹਾ ਲੱਗਦਾ ਹੈ। ਕਹਾ ਬਾਸ ਤਾਕੋ ਫਿਰੇ ਕੌਣ ਭੇਖੰ, ਕਿ ਉਹਦਾ ਬਾਸ ਕਿੱਥੇ ਹੈ, ਕਿੱਥੇ ਉਹ ਪਰਮਾਤਮਾ ਵੱਸਦਾ ਹੈ, ਕਿੱਥੇ ਉਹ ਰਹਿੰਦਾ ਹੈ, ਅਤੇ ਉਹਦਾ ਭੇਖ ਕਿਹੋ ਜਿਹਾ ਹੈ, ਉਹਦਾ ਕੋਈ ਗਿਣਤੀ ਮਿਣਤੀ, ਉਹਦਾ ਕੋਈ ਅੰਦਾਜ਼ਾ ਉਹ ਨਹੀਂ ਲਾਇਆ ਜਾ ਸਕਦਾ। ਕਹਾ ਨਾਮ ਤਾਕੋ ਕਹਾ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੂੰਹ ਨਾ ਆਵੇ। ਕਹਾ ਨਾਮ ਤਾਕੋ ਕਹਾ ਕਹਿ ਕਹਾਵੇ, ਕਿ ਉਹਦਾ ਕੀ ਨਾਮ ਹੈ, ਕਿੱਥੇ ਕਿੱਥੇ ਕਿਹੜੇ ਨਾਂ ਨਾਲ ਉਹਨੂੰ ਚੇਤੇ ਕਰਦੇ ਨੇ, ਕੀ ਕਹਾਉਂਦਾ ਹੈ ਆਪਣੇ ਆਪ ਨੂੰ, ਇਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਕਹਾ ਮੈਂ ਬਖਾਨੋ ਕਹੇ ਮੂੰਹ ਨਾ ਆਵੇ, ਕੀ ਮੈਂ ਬਖਾਨ ਕਰਾਂ, ਕੀ ਮੈਂ ਦੱਸਾਂ, ਕੀ ਮੈਂ ਉਹਦੀ ਸਿਫਤ ਕਰਾਂ, ਜਿਹੜਾ ਕਹਿਆ ਹੀ ਨਹੀਂ ਜਾ ਸਕਦਾ, ਜਿਹੜਾ ਕਥਿਆ ਹੀ ਨਹੀਂ ਜਾ ਸਕਦਾ, ਅਕਥ ਉਹ ਪਰਮਾਤਮਾ, ਉਹ ਵਾਹਿਗੁਰੂ, ਉਹ ਨਿਰੰਕਾਰ, ਜਿਹੜਾ ਕਥਿਆ ਲਿਖਿਆ ਨਹੀਂ ਜਾ ਸਕਦਾ। ਨਾ ਤਾਕੋ ਕੋਈ ਤਾਤ ਮਾਤੰ ਨਾ ਭਾਇੰ, ਨਾ ਪੁੱਤਰੰ ਨਾ ਪੋਤਰੰ, ਨਾ ਦਾਇਆ ਨਾ ਦਾਇੰ, ਨਾ ਨੇਹੰ ਨਾ ਗੇਹੰ, ਨਾ ਸੈਨੰ ਨਾ ਸਾਥੰ, ਮਹਾਰਾਜ ਰਾਜੰ ਮਹਾਨਾਥ ਨਾਥੰ। ਨਾ ਤਾਕੋ ਕੋਈ ਤਾਤ ਮਾਤੰ ਨਾ ਭਾਇੰ, ਜਿਸਦਾ ਕੋਈ ਨਾ ਤੇ ਤਾਤ ਤੋਂ ਭਾਵ ਮਾਤਾ ਹੈ, ਨਾ ਪਿਤਾ ਹੈ, ਅਤੇ ਨਾ ਹੀ ਕੋਈ ਭਾਇੰ, ਨਾ ਹੀ ਕੋਈ ਪਤਨੀ ਹੈ, ਨਾ ਹੀ ਕਿਸੇ ਦੇ ਨਾਲ ਕੋਈ ਰਿਸ਼ਤਾ ਹੈ। ਉਹ ਪਰਮਾਤਮਾ ਵਾਹਿਗੁਰੂ ਸਾਡੇ ਵਾਂਗ ਮਨੁੱਖੀ ਸਰੀਰਾਂ ਦੇ ਵਾਂਗ ਰਿਸ਼ਤਿਆਂ ਦਾ ਬੱਧਾ ਹੋਇਆ, ਰਿਸ਼ਤਿਆਂ ਦਾ ਮੁਹਤਾਜ ਉਹ ਨਹੀਂ ਹੈ। ਨਾ ਪੁੱਤਰੰ ਨਾ ਪੌਤਰੰ, ਨਾ ਦਾਇੰ ਨਾ ਦਾਇਆ ਨਾ ਦਾਇੰ, ਨਾ ਪੁੱਤਰ ਹੈ ਅਤੇ ਨਾ ਪੋਤਰਾ ਹੈ, ਨਾ ਪੁੱਤਾਂ ਦਾ ਮੁਹਤਾਜ ਹੈ, ਨਾ ਪੋਤਰਿਆਂ ਦਾ ਮੁਹਤਾਜ ਹੈ, ਨਾ ਦਾਈ ਹੈ ਅਤੇ ਨਾ ਦਾਇਆ ਹੈ।
ਭਾਵ ਨਾ ਤਾਂ ਕੋਈ ਜਨਮ ਦੇਣ ਵਾਲੀ ਹੈ ਅਤੇ ਨਾ ਹੀ ਕੋਈ ਪਾਲਣ ਕਰਨ ਵਾਲਾ ਹੈ, ਉਹ ਆਪਣੇ ਆਪ ਦੇ ਵਿੱਚ ਹੀ ਸਭ ਦੀ ਪਾਲਣਾ ਕਰਦਾ ਹੈ, ਉਸ ਨੂੰ ਇਹਨਾਂ ਸਹਾਰਿਆਂ ਦੀ ਲੋੜ ਨਹੀਂ। ਨਾ ਨੇਹੰਗ ਨਾ ਗੇਹੰਗ ਨਾ ਸੈਨੰਗ ਨਾ ਸਾਥੰਗ, ਨਾ ਨੇਹੰਗ ਨਾ ਕਿਸੇ ਦੇ ਨਾਲ ਕੋਈ ਖਾਸ ਨੇਹ ਹੈ, ਪ੍ਰੇਮ ਹੈ, ਅਤੇ ਨਾ ਹੀ ਕਿਸੇ ਦੇ ਨਾਲ ਕੋਈ ਗੁੱਸਾ ਹੈ, ਨਾ ਸੈਨੰਗ ਨਾ ਸਾਥੰਗ, ਅਤੇ ਨਾ ਹੀ ਕੋਈ ਸੈਨਾ ਰੱਖਦਾ ਹੈ ਕਿ ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਆਪਣੇ ਆਪ ਦੀ ਤਾਕਤ ਲਈ, ਆਪਣੇ ਬਲ ਦੀ, ਆਪਣੀ ਸ਼ਕਤੀ ਦੇ ਪ੍ਰਤੀਤ ਵਾਸਤੇ ਉਹਨੂੰ ਕਿਸੇ ਸੈਨਿਕਾਂ ਦੀ, ਕੋਈ ਸੇਵਕਾਂ ਦੀ, ਕੋਈ ਬੰਦੂਕਾਂ ਵਾਲਿਆਂ ਦੀ ਲੋੜ ਹੋਵੇ ਕਿ ਭਾਈ ਮੈਂ ਪਰਮਾਤਮਾ ਅਤੇ ਮੈਂ ਸੱਚ ਬੋਲਦਾ ਅਤੇ ਮੈਂ ਜਿਹੜਾ ਸੱਚ ਦਾ ਪ੍ਰਚਾਰ ਕਰਦਾ ਅਤੇ ਇਸ ਕਰਕੇ ਮੈਨੂੰ ਸੇਫਟੀ ਦੀ ਲੋੜ ਹੈ ਅਤੇ ਮੈਨੂੰ ਹਥਿਆਰਬੰਦ ਸੈਨਾ ਚਾਹੀਦੀ ਹੈ, ਨਹੀਂ ਭਾਈ, ਉਹ ਪਰਮਾਤਮਾ ਇਹਨਾਂ ਚੀਜ਼ਾਂ ਦਾ ਮੁਹਤਾਜ ਨਹੀਂ। ਮਹਾਰਾਜ ਰਾਜੰ ਮਹਾਨਾਥ ਨਾਥੰ, ਅਤੇ ਜਿਹੜਾ ਰਾਜਿਆਂ ਦਾ ਵੀ ਮਹਾਰਾਜਾ ਹੈ ਅਤੇ ਨਾਥਾਂ ਦਾ ਵੀ ਮਹਾਨਾਥ ਹੈ, ਜਿਨ੍ਹਾਂ ਦੇ ਉੱਪਰ ਉਸਨੇ ਕਿਰਪਾ ਕੀਤੀ ਹੈ ਉਹਨਾਂ ਨੂੰ ਕਿਰਪਾ ਦੇਣ ਵਾਲਾ ਸ਼ਕਤੀ ਦਾ ਖਜ਼ਾਨਾ ਉਹ ਅਕਾਲ ਰੂਪ ਪਰਮਾਤਮਾ। ਪਰਮੰ ਪੁਰਾਨੰ ਪਵਿੱਤਰੰ ਪਰੇ ਅੰਗ ਅਨਾਦੰ ਅਨੀਲੰ ਅਸੰਭਮ ਅਜੇਅੰ ਅਛੇਦੰ ਅਭੇਦੰ ਪਵਿੱਤਰੰ ਪਰਮਾਥੰ ਮਹਾਦੀਨ ਦੀਨੰ ਮਹਾਨਾਥ ਨਾਥੰ। ਅਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਕਿ ਉਹ ਵਾਹਿਗੁਰੂ, ਉਹ ਪਰਮਾਤਮਾ ਜਿਹੜਾ ਫੌਜਾਂ ਦਾ ਮੁਹਤਾਜ ਨਹੀਂ, ਜਿਹੜਾ ਕਿਸੇ ਘਰ ਘਾਟ ਦਾ ਮੁਹਤਾਜ ਨਹੀਂ, ਜਿਹੜਾ ਰਿਸ਼ਤਿਆਂ ਦਾ ਮੁਹਤਾਜ ਨਹੀਂ, ਉਹ ਵਾਹਿਗੁਰੂ ਉਹ ਨਿਰੰਕਾਰ ਅਤੇ ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ, ਉਹ ਪਰਮ ਸ੍ਰੇਸ਼ਟ, ਸਭ ਤੋਂ ਉੱਤਮ ਹੈ, ਸਭ ਤੋਂ ਵੱਡਾ ਹੈ, ਸਭ ਤੋਂ ਉੱਚਾ ਹੈ, ਪੁਰਾਤਨ ਹੈ ਅਤੇ ਪਵਿੱਤਰ ਹੈ, ਪਹਿਲਾਂ ਵੀ ਸੀ, ਅੱਜ ਵੀ ਹੈ ਅਤੇ ਅੱਗੇ ਵੀ ਰਹੇਗਾ, ਪਵਿੱਤਰ ਹੈ। ਉਹ ਵਾਹਿਗੁਰੂ ਆਦਿ ਤੋਂ ਰਹਿਤ ਹੈ, ਜਿਸ ਦਾ ਆਦਿ ਨਹੀਂ, ਜਿਸ ਦਾ ਅੰਤ ਨਹੀਂ, ਇਹ ਸ਼ਬਦ ਪਹਿਲਾਂ ਵੀ ਸੰਗਤ ਜੀ ਆਪਾਂ ਸਰਵਣ ਕਰ ਚੁੱਕੇ ਹਾਂ। ਗਿਣਤੀ ਤੋਂ ਰਹਿਤ, ਜਨਮ ਤੋਂ ਰਹਿਤ, ਮਰਨ ਤੋਂ ਰਹਿਤ, ਉਹ ਪਰਮਾਤਮਾ, ਉਹ ਵਾਹਿਗੁਰੂ ਨਿਰੰਕਾਰ, ਜਿਹੜਾ ਇਹਨਾਂ ਸਭ ਚੀਜ਼ਾਂ ਤੋਂ ਮੁਕਤ ਹੈ, ਉਸ ਦੇ ਬਾਰੇ ਮੇਰੇ ਸਤਿਗੁਰੂ ਜੀ ਸੰਬੋਧਨ ਹੋ ਰਹੇ ਨੇ। ਭੇਦ, ਭੇਦਾਂ ਤੋਂ ਰਹਿਤ ਹੈ। ਛੇਦ, ਅਛੇਦ, ਜਿਹੜਾ ਛੇਦਿਆ ਨਹੀਂ ਜਾ ਸਕਦਾ, ਜਿਸ ਨੂੰ ਛੇਕਿਆ ਨਹੀਂ ਜਾ ਸਕਦਾ, ਖਤਮ ਨਹੀਂ ਕੀਤਾ ਜਾ ਸਕਦਾ। ਪਵਿੱਤਰੰ, ਜਿਹੜਾ ਪਵਿੱਤਰ ਹੈ, ਪਵਾਨੰਗ, ਬਲਵਾਨ ਹੈ, ਤਾਕਤਵਰ ਹੈ, ਸ਼ਕਤੀ ਵਾਲਾ ਹੈ। ਧਰਮੀਆਂ ਦਾ ਵੀ ਵੱਡਾ ਧਰਮ ਹੈ ਅਤੇ ਨਾਥਾਂ ਦਾ ਵੀ ਮਹਾਨ ਨਾਥ ਹੈ, ਉਹ ਵਾਹਿਗੁਰੂ, ਉਹ ਨਿਰੰਕਾਰ। ਮਹਾਦੀਨ ਦੀਨੰਗ ਮਹਾਨਾਥ ਨਾਥੰਗ, ਜਿਹੜਾ ਦੀਨਾਂ ਦਾ ਵੀ ਦੀਨ ਹੈ, ਭਾਵ ਉਹਨਾਂ ਦੀ ਪਾਲਣਾ ਕਰਨ ਵਾਲਾ ਦੀਨਾਂ ਦਾ ਦੀਨਾ ਨਾਥ ਹੈ, ਅਤੇ ਨਾਥਾਂ ਦਾ ਵੀ ਨਾਥ ਸਰੂਪ ਉਹ ਵਾਹਿਗੁਰੂ, ਉਹ ਨਿਰੰਕਾਰ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਪਰਮਾਤਮਾ ਜੀ ਦੇ ਸਰੂਪ ਨੂੰ ਸੰਬੋਧਨ ਹੋ ਕਰਕੇ ਉਹਦੀ ਕਿਰਪਾ, ਉਹਦੀਆਂ ਵਡਿਆਈਆਂ ਦਾ ਜ਼ਿਕਰ ਕਰਦੇ ਹੋਏ ਦੱਸ ਰਹੇ ਨੇ ਕਿ ਭਾਈ ਉਹ ਇਹਨਾਂ ਤਾਕਤਾਂ ਦਾ ਮਾਲਕ ਹੈ, ਅਤੇ ਇਹਨਾਂ ਮਨੁੱਖੀ ਜੀਵਨ ਦੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਵਿਚਰ ਰਹੇ ਹਾਂ, ਜਿਹੜੀਆਂ ਚੀਜ਼ਾਂ ਦੇ ਨਾਲ ਅਸੀਂ ਆਪਣੇ ਸੰਬੰਧ ਜੋੜਦੇ ਹਾਂ, ਅਤੇ ਅੱਜ ਸੰਗਤ ਜੀ ਮਾਫ਼ ਕਰਨਾ, ਉਸ ਵਾਹਿਗੁਰੂ ਨੂੰ ਵੀ ਅਸੀਂ ਇਹਨਾਂ ਚੀਜ਼ਾਂ 'ਚ ਬੰਨਣ ਲੱਗ ਪਏ ਕਿ ਨਹੀਂ ਜੀ, ਪਰਮਾਤਮਾ ਐਂ ਨਹੀਂ ਕਰ ਸਕਦਾ, ਪਰਮਾਤਮਾ ਆਹ ਨਹੀਂ ਕਰ ਸਕਦਾ, ਇੱਦਾਂ ਕਿੱਦਾਂ ਹੋ ਸਕਦੀ ਹੈ, ਸਤਿਗੁਰ ਨੇ ਆਹ ਨਹੀਂ ਕਿਹਾ, ਸਤਿਗੁਰ ਨੇ ਇਸ ਤਰ੍ਹਾਂ ਸਮਝਾਇਆ, ਕਿਉਂ? ਕਿਉਂਕਿ ਅਸੀਂ ਆਪਣੀ ਬਿਰਤੀ ਦੇ ਨਾਲ ਸਤਿਗੁਰ ਨੂੰ ਦੇਖ ਰਹੇ ਹਾਂ। ਪਰ ਮੇਰੇ ਸਤਿਗੁਰ ਦੀ ਕਿਰਪਾ ਹੋ ਜਾਏ, ਮੇਰੇ ਸਤਿਗੁਰ ਦਿਆਲਤਾ ਕਰ ਦੇਣ, ਇੰਨੀ ਕੁ ਗੱਲ ਸਮਝ ਆ ਜਾਏ ਕਿ ਮੈਨੂੰ ਬਣਾਉਣ ਵਾਲਾ ਉਹ ਹੈ, ਉਹ ਪਰਮਾਤਮਾ ਹੈ ਜਿਸ ਨੇ ਮੈਨੂੰ ਬਣਾਇਆ, ਅਤੇ ਮੈਂ ਪਰਮਾਤਮਾ ਨੂੰ ਨਹੀਂ ਬਣਾਇਆ, ਇਸ ਕਰਕੇ ਮੈਂ ਪਰਮਾਤਮਾ ਦੇ ਗੁਣਾਂ ਦਾ ਬਖਾਨ ਨਹੀਂ ਕਰ ਸਕਦਾ। ਮੈਂ ਨਹੀਂ ਦੱਸ ਸਕਦਾ ਕਿ ਉਹ ਕੀ ਕਰਦਾ, ਉਹ ਕੀ ਨਹੀਂ ਕਰਦਾ, ਉਹ ਕੀ ਕਰ ਸਕਦਾ, ਉਹ ਕੀ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਉਹਦੀ ਤਾਕਤ ਦਾ ਪ੍ਰਮਾਣ ਮੈਂ ਹਾਂ, ਮੇਰੀ ਤਾਕਤ ਦਾ ਪ੍ਰਮਾਣ ਉਹ ਨਹੀਂ। ਜੇ ਇਹ ਗੱਲ ਸਮਝ 'ਚ ਆ ਜਾਏ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਮਿਲ ਸਕਦੀਆਂ ਨੇ। ਸੋ ਅੱਜ ਦੇ ਇਸ ਸ਼ਬਦ ਵਿਚਾਰ ਦੀ ਸੇਵਾ ਸੰਗਤ ਜੀ ਆਪਾਂ ਇੱਥੋਂ ਤੱਕ ਹੀ ਜਿਹੜੀ ਕਰਾਂਗੇ, ਇਸ ਤੋਂ ਅੱਗੇ ਮੇਰੇ ਸਤਿਗੁਰੂ ਕਿਰਪਾ ਕਰਨਗੇ ਅਤੇ ਅਗਲੇ ਹਫ਼ਤੇ ਤੁਹਾਡੇ ਨਾਲ ਸਾਂਝ ਕਰਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਗੁਰਮੁਖ ਪਿਆਰਿਆਂ ਵੱਲੋਂ ਸਤਿਕਾਰ ਪਿਆਰ ਮਿਲ ਰਿਹਾ ਹੈ। ਆਪ ਸੰਗਤਾਂ ਨੇ ਵੀ ਬਹੁਤ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਸਤਿਕਾਰ ਵਜੋਂ ਅਸੀਸਾਂ ਬਖਸ਼ਿਸ਼ ਕੀਤੀਆਂ ਨੇ, ਆਪ ਜੀ ਦਾ ਧੰਨਵਾਦ, ਆਵਾਜ਼ੇ ਕੌਮ ਟੀਵੀ ਦਾ ਧੰਨਵਾਦ, ਜਿਨ੍ਹਾਂ ਨੇ ਸਤਿਗੁਰ ਦੇ ਸ਼ਬਦ ਪ੍ਰਚਾਰ ਦੀ ਸਾਰੀ ਸੇਵਾ ਨਿਰੰਤਰ ਜਿਹੜੀ ਹੈ ਪਹਿਲੇ ਦਿਨ ਤੋਂ ਨਿਭਾ ਰਹੇ ਨੇ, ਅਤੇ ਗੁਰਮੁਖਾਂ ਵੱਲੋਂ ਜਿਹੜੇ ਹੁਕਮ ਲੱਗੇ ਨੇ ਵੱਖੋ ਵੱਖਰੇ ਗੁਰੂ ਘਰਾਂ ਦੇ ਅੰਦਰ, ਇੰਗਲੈਂਡ ਦੇ ਵਿੱਚ ਵੀ ਅਤੇ ਇੰਗਲੈਂਡ ਤੋਂ ਬਾਹਰ ਵੀ, ਜਿੱਥੇ ਜਿੱਥੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਸਤਿਕਾਰ ਪ੍ਰਚਾਰ ਵਾਸਤੇ ਸੰਗਤਾਂ ਨੇ ਉੱਦਮ ਉਪਰਾਲੇ ਬਖਸ਼ਿਸ਼ ਕੀਤੇ ਨੇ,
ਸੋ ਉੱਥੋਂ ਉੱਥੋਂ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਜਿਹੜਾ ਯਤਨ ਕਰਾਂਗੇ ਅਤੇ ਆਪ ਸੰਗਤ ਵੀ ਜੇਕਰ ਭਾਈ ਸਤਿਗੁਰੂ ਜੀ ਦੀ ਬਾਣੀ ਦੇ ਪ੍ਰਚਾਰ ਵਾਸਤੇ ਕੋਈ ਸੇਵਾਵਾਂ ਕਰਨੀਆਂ ਚਾਹੁੰਦੇ ਹੋ, ਆਵਾਜ਼ੇ ਕੌਮ ਟੀਵੀ ਦੇ ਨਾਲ ਸੰਪਰਕ ਕਰ ਸਕਦੇ ਹੋ, ਦਾਸ ਦੇ ਨਾਲ ਸੰਪਰਕ ਕਰ ਸਕਦੇ ਹੋ, ਤਾਂ ਜੋ ਰਲ ਮਿਲ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਸ਼ਬਦ ਨੂੰ ਸਮਝੀਏ, ਪੜ੍ਹੀਏ, ਗਿਆਨ ਧਾਰਨ ਕਰੀਏ ਅਤੇ ਫਿਰ ਨਿਰਣਾ ਲਈਏ ਕਿ ਅਸੀਂ ਕਿਹੜੇ ਪਾਸੇ ਨੂੰ ਚੱਲਣਾ ਹੈ। ਕੇਵਲ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਪਰ ਆਪਣੀ ਜਿਹੜੀ ਰਾਏ ਕਾਇਮ ਕਰ ਲੈਣੀ ਉਹ ਗੁਰਸਿੱਖਾਂ ਦਾ ਜਿਹੜਾ ਧਰਮ ਨਹੀਂ ਅਤੇ ਨਾ ਹੀ ਸਾਡਾ ਫਰਜ਼ ਹੈ ਜੀ। ਸੋ ਸ਼ਬਦ ਉਚਾਰਨ ਕਰਦਿਆਂ ਸਤਿਗੁਰੂ ਜੀ ਦੇ ਉਸਤਤ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਨੇ। ਬਾਣੀ ਬੜੀ ਮਹਿੰਗੀ ਹੈ, ਉਚਾਰਨ ਕਰਨਾ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਹੀ ਹੋ ਸਕਦਾ ਹੈ। ਆਮ ਮਨੁੱਖ ਅਸੀਂ ਆਪਣੀ ਸੋਝੀ ਦੁਆਰਾ ਸਤਿਗੁਰੂ ਜੀ ਦੀਆਂ ਇਹਨਾਂ ਪਾਵਨ ਰਚਨਾਵਾਂ ਨੂੰ ਜਿਹੜਾ ਹੈ ਉਹ ਇਨਸਾਫ ਜਿਵੇਂ ਕਮਾਂ ਅਸੀਂ ਨਹੀਂ ਕਰ ਸਕਦੇ, ਉਹ ਸਤਿਗੁਰੂ ਹੀ ਕਿਰਪਾ ਕਰਨ ਅਤੇ ਆਪਣੇ ਸੇਵਕਾਂ ਪਾਸੋਂ ਜਿਹੜੀ ਉਹ ਸੇਵਾ ਲੈ ਸਕਦੇ ਨੇ ਜੀ। ਸੋ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ, ਸਤਿਗੁਰੂ ਕਿਰਪਾ ਕਰਨ ਆਉਣ ਵਾਲੇ ਅਗਲੇ ਹਫ਼ਤੇ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਅਤੇ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।